ਗੋਪਾਲ ਜੀ, ਤੁਸੀਂ ਵਿਦੇਸ਼ ਦੇ ਵਿੱਚ ਮਤਲਬ ਫਰਾਂਸ ਦੇ ਵਿੱਚ ਜਦੋਂ ਪਾਸਪੋਰਟ ਅਪਲਾਈ ਕੀਤਾ ਤੇ ਉੱਥੇ ਉਹਨਾਂ ਨੇ ਕਿਹਾ ਸੀ ਨੰਗੇ ਸਿਰ ਹੀ ਤੁਹਾਡਾ ਪਾਸਪੋਰਟ ਬਣੇਗਾ, ਦਸਤਾਰ ਦੇ ਨਾਲ ਪਾਸਪੋਰਟ ਨਹੀਂ ਬਣ ਸਕਦਾ। 13 ਮਹੀਨੇ ਤੁਸੀਂ ਧੱਕੇ ਖਾਧੇ, ਪਰ ਉਸ ਤੋਂ ਬਾਅਦ ਕੀ ਅਜਿਹਾ ਵਾਪਰਿਆ ਕਿ ਤੁਹਾਡਾ ਪਾਸਪੋਰਟ ਆਪ ਉਸ ਸਰਕਾਰ ਨੇ ਬਣਾ ਕੇ ਤੁਹਾਡੇ ਹੱਥ 'ਚ ਦੇ ਦਿੱਤਾ? ਪ੍ਰੀਤੀ, ਜਦੋਂ 1984 ਜੂਨ ਨੂੰ ਬਹੁਤ ਵੱਡਾ ਘੱਲੂਘਰ ਹੋਇਆ, ਸਿੱਖ ਕੌਮ ਦਾ ਬਹੁਤ ਘਾਣ ਹੋਇਆ, ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੀ ਇੰਨੀ ਬੇਅਦਬੀ ਕੀਤੀ ਗਈ, ਤੋਪਾਂ ਨਾਲ ਅਕਾਲ ਤਖਤ ਉਟਾਇਆ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੰਡਣੀ ਕੀਤਾ ਗਿਆ, ਅਤੇ ਵਿਦੇਸ਼ ਵਿੱਚ ਜਿਹੜੇ ਬੈਠੇ ਜਿਹੜਾ ਵਿਦੇਸ਼ੀ ਲੋਕ ਸਨ, ਪ੍ਰਸ਼ਾਸਨ ਸੀ, ਉੱਥੇ ਦਾ ਮੀਡੀਆ ਸੀ, ਉੱਥੇ ਲੋਕ ਸਨ, ਉਹਨਾਂ ਨੂੰ ਬਹੁਤ ਇਹਦੀ ਦੁੱਖ ਮਹਿਸੂਸ ਹੋਇਆ ਵੀ ਇਹ ਪਹਿਲੀ ਵਾਰੀ ਘਟਨਾ ਦੁਨੀਆ 'ਤੇ ਵਾਪਰੀ ਹੈ ਵੀ ਇੱਕ ਮੁਲਕ ਦੀ ਫੌਜ ਨੇ ਉੱਥੇ ਦੇ ਮਿਨੋਰਟੀ ਦੇ ਘੱਟ ਗਿਣਤੀ ਲੋਕਾਂ ਦੇ, ਇੱਕ ਦੁਨੀਆ ਦੇ ਮਸ਼ਹੂਰ ਜਿਹਦੇ ਚਾਰੇ ਦਰਵਾਜ਼ੇ ਖੁੱਲ੍ਹੇ ਨੇ, ਚਾਰਾਂ ਵਰਨਾ ਵਾਸਤੇ ਖੁੱਲ੍ਹੇ ਨੇ, ਉਸ ਪਵਿੱਤਰ ਸਥਾਨ ਨੂੰ ਤੈਸ਼ ਨੈਸ਼ ਕਰ ਦਿੱਤਾ ਗਿਆ। ਸੱਦ ਕੇ ਉਹਨਾਂ ਨੇ ਮੈਨੂੰ ਪੁੱਛਿਆ, ਬੜਾ ਦੁੱਖ ਮਹਿਸੂਸ ਵੀ ਕੀਤਾ, ਅਤੇ ਉਹਨਾਂ ਨੇ ਪੁੱਛਿਆ ਵੀ ਤੇਰੇ ਕੀ ਵਿਚਾਰ ਨੇ, ਅਸੀਂ ਤੈਨੂੰ ਫੋਟੋ, ਇਹ ਪਹਿਲਾਂ ਮੈਨੂੰ ਇਹ ਕਿਹਾ ਵੀ ਤੂੰ ਨੰਗੇ ਸਿਰ ਵਾਲੀ ਫੋਟੋ ਦੇ ਦੇ, ਪੁਰਾਣੀ ਫੋਟੋ ਦੇ ਦੇ, ਬਚਪਨ ਦੀ ਫੋਟੋ ਦੇ ਦੇ, ਜਿਹੜੀ ਫੋਟੋ ਦੇ ਦੇ, ਹਾਲਾਂਕਿ ਗੈਰ ਕਾਨੂੰਨੀ ਆ, ਬਚਪਨ ਦੀ ਫੋਟੋ ਲਾਉਣੀ, ਨਵੀਂ ਫੋਟੋ ਲਾਉਣੀ ਪੈਂਦੀ ਹੈ। ਪਰ ਉਹਨਾਂ ਕਿਹਾ ਜਿਹਦੇ, ਮੈਂ ਕਿਹਾ ਨਹੀਂ, ਕਹਿੰਦੇ ਫਿਰ ਤੇਰੇ ਸੰਤ ਜਰਨੈਲ ਸਿੰਘ ਬਾਰੇ ਕੀ ਵਿਚਾਰ ਨੇ, ਅਤੇ ਮੈਂ ਕਿਹਾ ਮੇਰੇ ਵੀ ਉਹ ਵਿਚਾਰ ਨੇ, ਕਹਿੰਦੇ ਕੀ, ਮੈਂ ਕਿਹਾ ਵੀ ਦੇਸ਼ ਕੌਮ ਅਣਖ ਲਈ, ਧਰਮ ਲਈ, ਇਸ਼ਟ ਲਈ ਉਹਨੇ ਕੁਰਬਾਨੀ ਕੀਤੀ ਆ, ਅਤੇ ਬਹੁਤ ਉਹਨੇ ਚੰਗਾ ਕੰਮ ਕੀਤਾ, ਅਤੇ ਉਹ ਬੜੇ ਹੱਸ ਕੇ ਆਖਣ ਲੱਗਾ ਵੀ ਬਹੁਤ ਮੈਨੂੰ ਖੁਸ਼ੀ ਹੋਈ ਆ ਵੀ ਤੇਰਾ ਜਿਹੜਾ ਇਰਾਦਾ ਦ੍ਰਿੜ ਆ, ਅਤੇ ਪਾਸਪੋਰਟ ਤੇਰਾ ਆਇਡੈਂਟੀ ਕਾਰਡ ਪੱਗ ਵਾਲੀ ਫੋਟੋ ਸਮੇਤ ਬਣਿਆ ਪਿਆ, ਅਤੇ ਆ ਚੱਕ। ਉਸ ਤੋਂ ਬਾਅਦ ਤੁਹਾਡੇ ਇੱਕ ਹੋਰ ਇਨਸਾਨ ਤੁਹਾਨੂੰ ਮਿਲਿਆ ਸੀਗਾ, ਡਾਕਟਰ ਸੀ ਇੰਦਰਾ ਗਾਂਧੀ ਦੇ ਵੇਲੇ ਦੇ, ਜਿਹਨਾਂ ਨੇ ਇਹ ਗੱਲ ਕਹੀ ਸੀ ਕਿ ਹਿੰਦੁਸਤਾਨ ਪੂਰਾ ਦਾ ਪੂਰਾ ਗੰਦ ਹੈ, ਜਿਹਦੇ ਵਿੱਚੋਂ ਪੰਜਾਬ ਆਪਣੇ ਆਪ ਨੂੰ ਸਾਫ਼ ਸੁਥਰਾ ਕੱਢਣਾ ਚਾਹੁੰਦਾ ਹੈ, ਉਹ ਕੀ ਕਰਨਾ? ਉੱਚੋਂ ਤੁਸੀਂ ਲੱਭ ਵੀ ਸਕਦੇ ਹੋ, ਐਮਰਜੈਂਸੀ ਦੌਰਾਨ ਉਹਨੇ ਇੰਦਰਾ ਨੂੰ ਗੱਲ ਕਹੀ ਸੀ, ਕਿਉਂਕਿ ਉਦੋਂ ਸਿੱਖ ਮੂਵਮੈਂਟ ਜਿਹੜੀ ਬਹੁਤ ਚੱਲੀ ਸੀ ਅਗੇਂਸਟ ਐਮਰਜੈਂਸੀ ਪੰਜਾਬ, ਅਤੇ ਉਦੋਂ ਵੱਧ ਕਾਰਾਂ ਦੀ ਗੱਲ ਜਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਵੀ ਗੱਲ ਚੱਲਦੀ ਸੀ। ਉਹ ਕਹਿੰਦਾ ਵੀ ਜੇ ਪੰਜਾਬ ਦਾ ਲੋਕ ਸਾਫ਼ ਸੁਥਰਾ ਰਹਿਣਾ ਚਾਹੁੰਦੇ ਨੇ, ਹਿੰਦੁਸਤਾਨ ਸਾਰਾ ਗੰਦਾ ਸਿਸਟਮ, ਗੰਦਾ ਗੰਦਾ ਕੰਟਰੀ ਆ, ਗਰੀਬ ਮੁਲਕ ਆ, ਉਹ ਆਜ਼ਾਦ ਵੱਖਰੇ ਹੋਣੇ ਚਾਹੁੰਦੇ ਨੇ, ਸਾਫ਼ ਰਹਿਣਾ ਚਾਹੁੰਦੇ ਨੇ, ਇਸ ਗੰਦ 'ਚੋਂ ਨਿਕਲਣਾ ਚਾਹੁੰਦੇ ਨੇ, ਤੁਹਾਨੂੰ ਕੀ ਤਕਲੀਫ ਆ? ਉਹਦਾ ਜਿਹੜਾ ਪਰਿਵਾਰ ਸੀ, ਜਿਹਨੇ ਉਹਦੇ ਦੱਸਣ ਅਨੁਸਾਰ ਵੀ ਸਾਰਾ ਕਤਲ ਕਰ ਦਿੱਤਾ, ਮਾਰ ਦਿੱਤਾ, ਅਤੇ ਘਰ ਵੀ ਢਾ ਦਿੱਤਾ, ਉਹ ਭੱਜ ਕੇ ਵੜਿਆ ਜਾ ਕੇ ਜਿਹੜੀ ਫਰਾਂਸ ਦੀ ਬੈਸੀ 'ਚ, ਅਤੇ ਫਰਾਂਸ ਦੀ ਬੈਸੀ ਨੇ ਉਹਨੂੰ ਉੱਥੇ 2-4 ਦਿਨ ਰੱਖ ਕੇ ਅਤੇ ਫਰਾਂਸ ਦੇ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਪ੍ਰੀਤ ਸਿੰਘ ਸਵਾਗਤ ਕਰਦਾ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖਇਜ਼ਮ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਦੇ ਅਸੀਂ ਤੁਹਾਡੇ ਰੂਬਰੂ ਉਹ ਕੌਮ ਦੀਆਂ ਸ਼ਖਸੀਅਤਾਂ ਕਰਦੇ ਹਾਂ ਜਿਹਨਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਦਿਲੋਂ ਲਗਾਵ ਹੁੰਦਾ ਹੈ, ਜੋ ਹਮੇਸ਼ਾ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦੇ ਨੇ। ਅਤੇ ਅੱਜ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇੱਕ ਉਹ ਸ਼ਖਸ ਜਿਸ ਦਾ ਫਰੈਂਚ ਪਾਸਪੋਰਟ ਪਹਿਲੀ ਵਾਰ ਜਦੋਂ ਬਣਾਇਆ ਗਿਆ ਸੀ ਅਤੇ ਪਹਿਲੇ ਉਹ ਸਿੱਖ ਸ਼ਖਸ ਸਨ ਜਿਹਨਾਂ ਦਾ ਦਸਤਾਰ ਦੇ ਨਾਲ ਪਾਸਪੋਰਟ ਬਣਾਇਆ ਗਿਆ ਸੀ। ਨਨ ਅਦਰ ਦੈਨ ਪਾਲ ਸਿੰਘ ਫਰਾਂਸ, ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਪਣੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਲ ਜੀ, ਫਰਾਂਸ ਦੇ ਵਿੱਚ ਜਾ ਕੇ ਮਤਲਬ ਫਰੈਂਚ ਪਾਸਪੋਰਟ ਪਹਿਲਾ ਦਸਤਾਰ ਦੇ ਨਾਲ ਬਣਵਾਉਣਾ ਮਤਲਬ ਕਿੱਦਾਂ ਦਾ ਰਿਹਾ? ਕਿਉਂਕਿ ਅੱਜ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਨਾਲ ਕਰਨ ਵਾਲੀਆਂ, ਪਰ ਸ਼ੁਰੂਆਤ ਤੁਹਾਡੇ ਸਫ਼ਰ ਤੋਂ ਕਰਾਂਗੇ ਕਿ ਪਹਿਲਾਂ ਤਾਂ ਪੰਜਾਬ ਤੋਂ ਫਰਾਂਸ ਤੱਕ ਦਾ ਸਫ਼ਰ ਕਿੱਦਾਂ ਰਿਹਾ ਤੁਹਾਡਾ? ਪ੍ਰੀਤ ਜੀ, ਸਭ ਤੋਂ ਪਹਿਲਾਂ ਮੈਂ ਗੁਰਬਾਣੀ ਅਖੰਡ ਬਾਣੀ ਦੇ ਜਾਂ ਜਿੰਨਾ ਵੀ ਇਹਦਾ ਸਟਾਫ ਆ, ਮੈਂਬਰ ਨੇ, ਪ੍ਰਬੰਧਕ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹਨਾਂ ਨੇ ਮਾਣ ਬਖਸ਼ਿਆ। ਜਦੋਂ ਮੈਂ ਗਿਆ ਫਰਾਂਸ ਦੇ ਵਿੱਚ ਅਤੇ ਉਦੋਂ ਸਿੱਖ ਮੈਨੂੰ ਮਿਲਿਆ ਨਹੀਂ ਕੋਈ ਵੀ ਦਸਤਾਰਦਾਰੀ, ਅਤੇ ਮੈਂ ਫਿਰ ਉੱਥੇ ਫਰੈਂਚ ਪੜ੍ਹਨੀ ਸ਼ੁਰੂ ਕੀਤੀ, ਇੰਟੈਂਸਿਵ ਕੋਰਸ ਕੀਤਾ ਜੋ 8 ਘੰਟੇ ਡੇਲੀ ਫਰੈਂਚ ਲੈਂਗੁਏਜ ਪੜ੍ਹੀ ਜਾਂਦੀ ਹੈ ਜੀ। ਉਹ ਪ੍ਰੋਪਰ ਯੂਨੀਵਰਸਿਟੀ 'ਚ ਮੈਂ 6 ਮਹੀਨੇ ਦਾ ਕੋਰਸ ਕੀਤਾ। ਉਸ ਤੋਂ ਬਾਅਦ ਮੈਂ ਜੋਬ ਲਈ ਅਤੇ ਹੌਲੀ ਹੌਲੀ ਜਿਹੜਾ ਮੇਰਾ ਫਰੈਂਚ ਨੈਸ਼ਨੈਲਿਟੀ ਹੈ ਉਹ ਐਕਸੈਪਟ ਹੋ ਗਈ 1983 ਵਿੱਚ। ਓਕੇ, ਪਰ ਉੱਥੇ ਦਾ ਇੱਕ ਕਾਨੂੰਨ ਆ, ਉਹਨੂੰ ਫਰੈਂਚ ਵਿੱਚ ਤੈਤ ਨਿਊ ਕਹਿੰਦੇ ਆ।
तहत का मतलब सिर न्यू का नंगा भी किसी भी आइडेंटिटी कार्ड से जी फोटो लगनी है वह नंगे सिर लगेगी। उदू पहला मेरे ख्याल अनुसार तो किसी गुरसिख ने उत्थे नैशनैलिटी पहली गल तो मिली नहीं, जिहड़ी मिली सी उह क्लीन शेव जां होर जिद्दां दे हुंदे सी नंगे सिर फोटो लग जांदी सी, गो विद द फ्लो। हाँ जी, तो जो मेरा केस गया मैं अपनी फोटो वगैरह दिती, सर्टिफिकेट मैनू मिल गया गवर्नमेंट वालों, तो मैं अपनी पासपोर्ट के उत्ते लवाउण लई पग वाली फोटो दिती, उन्होंने रिफ्यूज करती जी। उत्थे दा एक नैशनल आइडेंटिटी कार्ड बनता, एक पासपोर्ट लाइसेंस, तो उन्होंने सारे ते रिफ्यूज कर दी। मैं जिन्नी कि मैनू लैंग्वेज जरूर मैनू कोई प्रॉब्लम नहीं सी उदों बोलण दी लिखण पढ़ण दी, मैं वह कोई वकीलां जोगी मेरे को फीस नहीं, मजदूरी मैं करता सा जी, तो मैं वो अपलाई करता रहा जिथे जिथे कोर्ट च जांदा रहा, 13 महीने केस चलिया जी। उस तो बाद मैं जिथे जिस जगह रह रहा सी, जिस एरिए रह रहा सी फ्रांस देश, उत्थे पगड़ीधारी की पंजाबी कोई इंडियन बंदा भी नहीं सी साउथ फ्रांस में। वैसे फ्रांस दे विच मैनू उस समय तक कोई भी केसाधारी सिख नहीं दिसिया, मैं पगड़ीधारी कोई सिख मैं देखा ही नहीं सी, कोई एक दो होणगे वो अपने कितने दूर कम्मां ते, फ्रांस पैरिस दे विच कोई नहीं सी। उदू बाद जो अटैक हो गया उन्होंने लोगों को पता लग गया फ्रांस की सरकार नूं जां उत्थे दे एडमिनिस्ट्रेटिव सिस्टम नूं कि सिख कौन ने, उन्होंने फिर मैनू सद्या। ये 7 जुलाई 1984 की गल है, उन्होंने एक इंटरप्रेटर सद्दी, लेडी कुड़ी सद्दी, जिस ऑफिसर ने मेरी मैनू पासपोर्ट आइडेंटिटी कार्ड इशू करने सन, जिदा इमीग्रेशन ऑफिसर कह लो, उन्हें मैं फिर ऑफिस बुलाया, तो उन्हें इंग्लिश वाली कुड़ी सदी, मैं क्या क्यों, कहिंदे भी फ्रेंच, मैं क्या मैनू कोई प्रॉब्लम नहीं, खुश बड़े हुए। मैनू फिर पूछा भी तू, मैं रिक्वेस्ट करते हैं जिहड़ी गैर कानूनी भी आ, भी तुसी पिछे नूं नंगे सिर केसां नूं सैट के फोटो दे दो, जां बचपन दी कोई फोटो दे दे जिहड़ी वैसे लगती नहीं, लगनी तो जिहड़ी न्यू फोटो होंगी वही लगती, पर मैं क्या मैं जो मेरे विचार अज तो 13 महीने पहला सन वह सन, मैं देनी नहीं कोई फोटो नंगे सिर ना मैं लानी, मैं पासपोर्ट तो बिना रहना पसंद करूँगा, आइडेंटिटी कार्ड तो बिना रहना पसंद करूँगा पैन फोटो दे। वह कहें भी फिर उन्हें मैंने पूछा भी तेरे जरनैल सिंह पिंडरांवाले बारे की विचार ने, मैं क्या सर मैं उन्होंने कभी देखा नहीं उन्होंने, ना मैं इंडिया गया, लेकिन उन्हें जो किया कौम लई धर्म लई इष्ट लई अपने लिए चंगा किया। बिल्कुल, कहते भी जे तेनों इदा का मौका मिले मैं कर, मैं भी इदा करूँगा, कुरबानी कर तो मैं ढिल नहीं करा। वो हस के कहता भी तेरा असी सिर्फ देखना सी, तेरा स्टैंड 13 महीने जिहड़ा पहला उही आ कि बदल गया, बदल गया। उन्होंने फिर मैं पासपोर्ट के उत्ते फोटो उस टाइम लाई हुई सी, ये नहीं भी उन्हें कोई इन्नी मिनट 2 मिनट लग नहीं सकती, 2 मिनट उन्हें मैं उस जी रैफरेंस मेरे पासपोर्ट जो मैं फिर अटैक तो बाद थोड़ा फिर मैं परेशान रहना शुरू किया भी सिख कौम ना इन्ना नुकसान होया, सानू कुछ करना चाहिए, मतलब आवाज़ उठानी चाहिए। जो 1984 जून के अटैक किया गया दरबार साहब से, उस वेले मतलब फ्रांस दियां जिहड़ियां सरकारां सीगियां या जिदा तुसीं इमीग्रेशन ऑफिसर कह रहे सीगे ਉਹਨਾਂ ਤੱਕ ਦੇ ਵਿੱਚ ਮਤਲਬ ਇੱਕ ਹਿਸਾਬ ਨਾਲ ਹਲਚਲ ਸੀਗੀ, ਸੁਨੇਹਾ ਪਹੁੰਚ ਗਿਆ ਉਹਨਾਂ ਨੂੰ, ਪਤਾ ਲੱਗ ਗਿਆ ਸਿੱਖ ਕੌਮ ਕੀ ਹੈ, ਇਹਨਾਂ ਨਾਲ ਕਿਉਂ ਤਸ਼ੱਦਦ ਹੋਇਆ, ਉੱਥੇ ਫੌਜ ਨੇ ਕਿਵੇਂ ਕਿਉਂ ਅਟੈਕ ਕੀਤਾ ਇੱਕ ਧਾਰਮਿਕ ਸਥਾਨ 'ਤੇ। ਉਹਨਾਂ ਨੇ ਬਹੁਤ ਜ਼ਿਆਦਾ ਮਹਿਸੂਸ ਕੀਤਾ, ਸਰਕਾਰਾਂ ਨੇ ਜਾਂ ਮੀਡੀਏ ਨੇ ਬਹੁਤ ਮਹਿਸੂਸ ਕੀਤਾ ਵੀ ਇੱਕ ਕੌਮ ਆ ਮੁਲਕ ਦੇ, ਪਹਿਲੀ ਵਾਰੀ ਹੋਇਆ ਵੀ ਇੱਕ ਮੁਲਕ ਦੇ ਵਿੱਚ ਇੱਕ ਕੌਮ ਦੇ ਉੱਤੇ ਧਾਰਮਿਕ ਸਥਾਨ ਨੂੰ ਫੌਜ ਵੱਲੋਂ ਤੈਸ਼ ਰੈਸ ਕੀਤਾ ਜਾਵੇਗਾ, ਜਦਕਿ ਫੌਜ ਦਾ ਤਾਂ ਕੰਮ ਹੀ ਨਹੀਂ ਇਹ, ਇੰਟਰਨਲ ਕੋਈ ਅਫੇਅਰ ਦੇ ਵਿੱਚ ਕੀ ਬੋਲਦੇ, ਜਿਹੜੀ ਸੀਨੀਅਰ ਅਥਾਰਟੀ ਸੀਗੀ ਫਰਾਂਸ ਦੀ ਉਹਨਾਂ ਵਿੱਚੋਂ ਕਦੀ ਕਿਸੇ ਨੁਮਾਇੰਦੇ ਨਾਲ ਤੁਹਾਡੀ ਗੱਲ ਹੋਈ, ਉਹਨਾਂ ਦੇ ਆਪਣੇ ਵਿਚਾਰ ਕੀ ਸੀ? ਇਹ ਤੁਸੀਂ ਇੱਕ ਵਾਰੀ ਪਹਿਲੀ ਵਾਰੀ ਕੁਐਸਚਨ ਕਰ ਰਹੇ ਹੋ, ਬਹੁਤਾ ਇੰਟਰਸਟਡ ਕੁਐਸਚਨ ਤੁਹਾਡਾ ਜੀ। ਇਹ 1985 ਦੀ ਗੱਲ ਆ ਜੀ, ਜੀ ਅਸੀਂ ਉੱਥੇ ਰੋਸ ਮਾਰਚ ਕਰਨਾ ਸੀ ਸਰਕਾਰ ਇੰਡੀਆ ਦੇ ਵਿਰੁੱਧ ਅਮੈਸੀ ਮਰੇ। ਇਹ ਪਹਿਲੀ ਵਾਰੀ ਤੁਸੀਂ ਸਵਾਲ ਕੀਤਾ ਅਤੇ ਪਹਿਲੀ ਵਾਰੀ ਮੈਂ ਉੱਤਰ ਦੇਣ ਲੱਗਾ। ਬਿਲਕੁਲ, ਉਹ ਹਜੇ ਤੱਕ ਵੀ ਉਹ ਰਿਕਾਰਡ ਦੇ ਵਿੱਚ ਆ, ਅਤੇ ਅਸੀਂ ਪਰਮਿਸ਼ਨ ਦਾ ਸਾਨੂੰ ਪਤਾ ਨਹੀਂ, ਸਾਨੂੰ ਪਤਾ ਵੀ ਇਹਨਾਂ ਨੇ ਪਰਮਿਸ਼ਨ ਦੇਣੀ ਨਹੀਂ। ਅੰਬੈਸੀ ਏਰੀਏ ਦੇ ਵਿੱਚ ਪ੍ਰੋਟੈਸਟ ਕਰਨਾ ਬਹੁਤ ਔਖਾ ਕੰਮ, ਔਖਾ ਨਹੀਂ ਮਤਲਬ ਇੰਪੋਸੀਬਲ ਆ, ਉਹ ਪਰਮਿਸ਼ਨ ਦਿੰਦੇ ਨਹੀਂ ਜੀ। ਅਸੀਂ ਉੱਥੇ ਐਤਵਾਰ ਉਦੋਂ ਸਾਰੀ ਟੋਟਲ ਬੱਚੇ ਸਣੇ ਜਿੰਨੇ ਵੀ ਦਸਤਾਰਾਂ ਨੇ ਤਾਂ ਹੋਣਗੇ, 10-15 ਹੋਣਗੇ ਜਾਂ ਬੱਚੇ ਸੀ 2-3 ਬੀਬੀਆਂ ਦੇ ਅਤੇ ਬਾਕੀ ਕਲੀਨ ਸ਼ੇਵ ਨੇ। ਅਤੇ ਗੁਰਦੁਆਰਾ ਸਾਹਿਬ ਉਦੋਂ ਕਿਰਾਏ 'ਤੇ ਛੋਟਾ ਜਿਹਾ ਇੱਕ ਹਾਲ ਹੁੰਦਾ ਸੀਗਾ,
ਉੱਥੇ ਅਸੀਂ ਬੇਨਤੀ ਕੀਤੀ ਵੀ ਆਪਾਂ ਸਵੇਰੇ ਪ੍ਰੋਟੈਸਟ ਕਰਨਾ, ਰੋਸ ਮਾਰਚ ਕਰਨਾ, ਬਿਆਸੀ ਦੇ ਮੂਹਰੇ ਧਰਨਾ ਦੇਣਾ ਜਿਹਨੂੰ ਕਹਿੰਦੇ, ਵੀ ਉਹੋ ਹੀ ਜਾਇਓ, ਉਹੋ ਹੀ ਅਰਦਾਸ ਰਿਹੋ ਜਿਹੜੇ ਸਵੇਰੇ ਜਾਣਾ ਚਾਹੁੰਦੇ ਨੇ ਜਾ ਸਕਦੇ ਨੇ, ਜਿਹਨੂੰ ਕੋਈ ਕੰਮ ਆ ਬਾਹਰ ਨਿਕਲ, ਦੋ ਵੀਰ ਜਿਹੜੇ ਸੀ ਉਹ ਕਹਿੰਦੇ ਵੀ ਅਸੀਂ ਨਹੀਂ ਜਾ ਸਕਦੇ ਸਾਨੂੰ ਕੰਮ ਆ, ਬਾਕੀ ਅਰਦਾਸ ਕਰਕੇ ਅਸੀਂ 8 ਵਜੇ ਜਾ ਕੇ ਮਿਆਸੀ ਦੇ ਮੂਹਰੇ ਬੈਠ ਗਏ, ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰਤਾ। ਬੀਬੀਆਂ ਦੋ ਕੁ ਬੱਚੇ ਸਨ ਉਦੋਂ ਬੀਬੀਆਂ ਕੋਲ, ਅਤੇ 4 ਕੁ ਬੀਬੀਆਂ ਸਨ, ਬਾਕੀ ਇੱਦਾਂ ਮੁੰਡੇ ਕੰਮ ਕਾਰਾਂ ਵਾਲੇ ਸਨ। ਉਹ ਤਾਂ ਪੁਲੀਸ ਆਈ ਜਦੋਂ, ਅਤੇ ਉਹਦੀ ਜਿਹੜੀ ਲੇ ਪੁਲੀਸ ਔਫਿਸਰ ਸੀ ਕੋਈ ਜਾਂ ਆਈ ਜੀ ਡੀ ਆਈ ਜੀ ਵੱਡੀ ਪੋਸਟ ਵਾਲੀ ਸੀ, ਉਹ ਲੇਡੀ ਸੀ, ਉਹਨੇ ਬਹੁਤ ਦਬਕੇ ਦੁਬਕੇ ਮਾਰਨੇ ਸ਼ੁਰੂ ਕੀਤੇ, ਸਾਰੇ ਨੇ ਅੱਖਾਂ ਮੀਟੀਆਂ ਸਿਮਰਨ ਕਰ ਰਹੇ ਨੇ, ਅਤੇ ਉਹਨੇ ਬੜੇ ਕ੍ਰੋਧ 'ਚ ਆ ਕੇ ਕਿਹਾ ਵੀ ਹੁਣ ਮੈਂ ਡਾਂਗਾਂ ਸੋਟੀਆਂ ਮਾਰਨੀਆਂ ਸ਼ੁਰੂ ਕਰਨੀਆਂ, ਅਤੇ ਨਹੀਂ ਤਾਂ ਮੈਨੂੰ ਦੱਸੋ ਵੀ ਕਾਰਨ ਕੀ ਆ। ਮੈਂ ਕਿਹਾ ਵੀ ਮੈਡਮ ਕਿਉਂ ਤੂੰ ਸੋਟੀਆਂ ਮਾਰਨੀਆਂ, ਜੋ ਫਰੈਂਚ ਕਿਹਾ, ਉਹ ਕਹਿੰਦੀ ਤੂੰ ਹੀ ਉੱਠ ਕੇ ਆ, ਹੁਣ ਮੈਨੂੰ ਲੱਗ ਗਿਆ ਪਤਾ ਵੀ ਤੈਨੂੰ ਮੈਂ ਦੇਖਦੀ ਵੀ ਤੂੰ ਹੀ ਲੀਡਰ ਹੈ। ਮੈਂ ਕਿਹਾ ਮੈਂ ਲੀਡਰ ਕੋਈ ਨਹੀਂ, ਅਸੀਂ ਸਾਰੇ ਸੰਗਤ ਹਾਂ। ਕਹਿੰਦੀ ਨਹੀਂ ਤੂੰ ਉੱਠ ਕਰ, ਕਹਿੰਦੀ ਕੀ ਇਹ ਕੀਤਾ, ਉਹਨੇ ਮਾੜਾ ਲਫ਼ਜ਼ ਵੀ ਬੋਲਿਆ ਥੋੜ੍ਹਾ ਜਿਹਾ, ਵੀ ਇੱਕ ਪੰਜਾਬੀ 'ਚ ਕਹਿ ਲਓ ਕੀ ਗੰਦ ਪਾਇਆ। ਅਤੇ ਮੈਂ ਕਿਹਾ ਵੀ ਮੈਡਮ ਆਹ ਗੱਲ ਹੋਈ ਆ ਵੀ ਸਿੱਖਾਂ ਦੇ ਉੱਤੇ ਬਹੁਤ ਤਸ਼ੱਦਦ ਹੋਇਆ, ਬੱਚੇ ਛੋਟੇ ਛੋਟੇ ਮਸੂਮ ਇੱਦਾਂ, ਮਤਲਬ ਉਹਨੂੰ ਸਟੋਰੀ ਦੱਸੀ। ਉਹ ਕਹਿੰਦੀ ਜਦੋਂ ਮੈਂ ਸਾਰੀ ਸੀਨ ਉਹਨੂੰ ਦੱਸਿਆ ਆਪਣਾ ਵੀ ਦਰਬਾਰ ਸਾਹਿਬ ਵਾਲਾ, ਤਾਂ ਉਹ ਕਹਿੰਦੀ ਮੈਨੂੰ ਪਤਾ। ਮੈਂ ਕਿਹਾ ਵੀ ਮੈਡਮ ਪਤਾ ਵੀ ਤੁਸੀਂ ਐਡੇ ਅਫਸਰ ਹੋ, ਕਿਤੇ ਇਹਦੀ ਆਵਾਜ਼ ਵੀ ਉਠਾਈ ਹੈ? ਕਹਿੰਦੀ ਵੀ ਨਹੀਂ। ਮੈਂ ਕਿਹਾ ਵੀ ਤੁਸੀਂ ਇੰਨੇ ਸੀਨੀਅਰ ਅਫਸਰ ਹੋ ਵੀ ਇੰਨੇ ਇੰਨੇ ਮਤਲਬ ਤਸ਼ੱਦਦ ਹੋਇਆ ਬੱਚਿਆਂ 'ਤੇ ਅਤੇ ਬੀਬੀਆਂ 'ਤੇ ਬਜ਼ੁਰਗਾਂ 'ਤੇ? ਉਹ ਕਹਿੰਦੀ ਵੀ ਨਹੀਂ। ਮੈਂ ਕਿਹਾ ਫਿਰ ਸਾਨੂੰ ਆਵਾਜ਼ ਉਠਾਉਣ ਦੇ। ਉਹ ਖਿੜਖਿੜਾ ਕੇ ਹੱਸ ਪਈ, ਲੋਕ ਵੀ ਬੜੇ ਹੈਰਾਨ ਰਹਿ ਗਏ। ਉਹ ਕਹਿੰਦੀ ਵੀ ਲੈ ਤੂੰ ਦੱਸ ਕੀ ਕਰਨਾ। ਮੈਂ ਕਿਹਾ ਵੀ ਅਸੀਂ ਰੋਸ ਮਾਰਚ ਕਰਨਾ। ਉਹ ਕਹਿੰਦੀ ਮੈਂ ਅਗਵਾਈ ਕਰਦੀ ਹਾਂ ਅਤੇ ਤੂੰ ਕਰ ਰੋਸ ਮਾਰਚ। ਇਹ ਪਹਿਲੀ ਘਟਨਾ ਪੈਰਿਸ ਵਿੱਚ ਵਾਪਰੀ ਹੈ, ਪੈਰਿਸ ਦੇ ਵਿੱਚ ਅਤੇ ਅੰਬੈਸੀ ਏਰੀਏ 'ਚ। ਹੁਣ ਉਦੋਂ ਬਾਅਦ ਹੁਣ ਤੱਕ ਹੁਣ ਉੱਥੇ ਗੁਰਦੁਆਰਾ ਸਾਹਿਬ ਰਜਿਸਟਰ ਨੇ, ਉਸ ਔਫਿਸ ਤੋਂ ਹੈੱਡ ਔਫਿਸ ਤੋਂ ਫੋ ਚਿੱਠੀ ਆਉਂਦੀ ਆ ਵੀ ਕਿਸ ਦਿਨ ਤੁਸੀਂ ਪ੍ਰੋਟੈਸਟ ਕਰਨਾ ਜੀ। ਜਿੱਥੇ ਅੱਜ ਹਜੇ ਤੱਕ ਮੁਲਕ ਦਾ ਪ੍ਰੈਜੀਡੈਂਟ ਪ੍ਰੋਟੈਸਟ ਮਤਲਬ ਇਕੱਠ ਨਹੀਂ ਕਰ ਸਕਿਆ। ਇਹ ਸਭ ਤੋਂ ਪਹਿਲੀ ਉਪਲਬਧੀ ਆ ਸਿੱਖਾਂ ਦੀ ਪੈਰਿਸ ਦੀ, ਪੈਰਿਸ ਦੇ ਵਿੱਚ। ਇਸ ਤੋਂ ਪਤਾ ਲੱਗਦਾ ਕਿ ਅਗਰ ਅਸੀਂ ਸੱਚਾਈ ਦੇ ਨਾਲ, ਲਗਨ ਦੇ ਨਾਲ ਕਿਸੇ ਵੀ ਚੀਜ਼ ਵਾਸਤੇ ਲੜੀਏ, ਕਿਸੇ ਵੀ ਇਨਸਾਫ ਵਾਸਤੇ ਅਗਰ ਜੂਝੀਏ, ਤਾਂ ਉਹ ਸਾਨੂੰ ਜ਼ਰੂਰ ਮਿਲਦਾ ਹੈ। ਪਾਲ ਸਿੰਘ ਫਰਾਂਸ ਜੀ ਨੇ ਉਸ ਵੇਲੇ 84 ਦੇ ਵੇਲੇ ਜੋ ਵਾਪਰਿਆ ਸੀਗਾ ਮਾੜਾ ਭਾਣਾ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ, ਉਹ ਵੀ ਆਪਣੇ ਭਾਰਤ ਦੀਆਂ ਸਰਕਾਰਾਂ ਦੇ ਵੱਲੋਂ ਦਰਬਾਰ ਸਾਹਿਬ ਉੱਤੇ ਫੌਜਾਂ ਚੜ੍ਹਾਈਆਂ ਗਈਆਂ, ਕਿੰਨੇ ਬੇਕਸੂਰੇ ਮਾਰੇ ਗਏ, ਪਰ ਅੱਜ ਤੱਕ ਨਹੀਂ ਲੱਗਦਾ ਕਿ ਸਰਕਾਰਾਂ ਦੇ ਮੱਥੇ 'ਤੇ ਇੱਕ ਵੀ ਸ਼ਿਕਨ ਹੈ ਉਸ ਚੀਜ਼ ਨੂੰ ਲੈ ਕੇ, ਕਿਉਂਕਿ ਕੇਸ ਤੁਹਾਡੇ ਸਾਹਮਣੇ ਨੇ 84 ਦੇ ਹੁਣ ਤੱਕ ਲਟਕੇ ਹੋਏ ਨੇ। ਅਤੇ ਅਗਰ ਕਾਂਗਰਸ ਦੀ ਗੱਲ ਕਰੀਏ ਜਾਂ ਬਾਦਲਾਂ ਦੀ ਗੱਲ ਕਰੀਏ ਜਾਂ ਕਿਸੇ ਵੀ ਹੋਰ ਧਿਰ ਦੀ ਗੱਲ ਕਰੀਏ, ਹਰ ਕੋਈ ਉਸ ਮਾਮਲੇ ਨੂੰ ਲੈ ਕੇ ਰੋਟੀਆਂ ਜ਼ਰੂਰ ਸੇਕਦਾ ਹੈ, ਵੋਟਾਂ ਨੇੜੇ ਆਉਂਦੀਆਂ ਨੇ, ਗੱਲਾਂ ਜ਼ਰੂਰ ਹੁੰਦੀਆਂ ਨੇ, ਬੰਦੀ ਸਿੰਘਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ, ਪਰ ਜਦੋਂ ਫੈਸਲੇ ਦੀ ਗੱਲ ਹੁੰਦੀ ਹੈ ਤਾਂ ਉਹ ਸਿਰਫ ਅਤੇ ਸਿਰਫ ਕੋਰਟਾਂ ਕਚਹਿਰੀਆਂ ਦੇ ਵਿੱਚ ਲਟਕਿਆ ਹੋਇਆ ਹੀ ਨਜ਼ਰ ਆਉਂਦਾ ਹੈ। ਅਤੇ ਉਹ ਜਿਹੜੇ ਬੁੱਚੜ ਜ਼ਿੰਮੇਵਾਰ ਸਨ ਉਸ ਵੇਲੇ ਉਸ ਕਤਲੇਆਮ ਦੇ ਜੋ ਅਕਤੂਬਰ ਦੇ ਵਿੱਚ ਹੋਇਆ, ਉਸ ਕਤਲੇਆਮ ਦੇ ਜ਼ਿੰਮੇਵਾਰ ਅੱਜ ਵੀ ਆਜ਼ਾਦ ਘੁੰਮਦੇ ਪਏ ਨੇ, ਪਰ ਨਾ ਤਾਂ ਸਾਡੇ ਨੁਮਾਇੰਦਿਆਂ ਨੂੰ ਕੋਈ ਫਰਕ ਪੈਂਦਾ ਹੈ, ਨਾ ਸਾਡੀਆਂ ਸਰਕਾਰਾਂ ਨੂੰ ਕੋਈ ਫਰਕ ਪੈਂਦਾ ਹੈ। ਅਤੇ ਹਾਂ, ਪੰਜਾਬ ਦੀ ਆਵਾਮ ਨੂੰ ਮੈਂ ਦੋਸ਼ ਨਹੀਂ ਦੇਵਾਂ, ਕਿਉਂਕਿ ਪੰਜਾਬ ਦੀ ਆਵਾਮ ਸਭ ਕੁਛ ਦੇਖ ਬੁੱਝ ਕੇ ਵੀ ਕਬੂਤਰ ਵਾਲਾ ਹਾਲ ਹੈ ਕਿ ਅੱਖਾਂ ਬੰਦ ਕਰ ਲੈਂਦੀ ਹੈ ਬਿੱਲੀ ਵੇਖ ਕੇ ਕਿ ਚਲੋ ਜੋ ਹੁੰਦਾ ਹੋ ਹੀ ਜਾਣ ਦਿਓ, ਪਰ ਹੁਣ ਸਮਾਂ ਆ ਗਿਆ ਕਿ ਸਾਨੂੰ ਇਕੱਠੇ ਹੋਣਾ ਪੈਣਾ ਹੈ। ਬਰਗਾੜੀ ਵਿਖੇ ਇੱਕ ਮੋਰਚਾ ਲੱਗਿਆ ਹੋਇਆ ਹੈ, ਹੁਣ ਉਹ ਮੋਰਚਾ ਅੱਗੇ ਕੀ ਰੂਪ ਲੈਂਦਾ ਉਹ ਤਾਂ ਆਉਣ ਵਾਲਾ ਵਕਤ ਦੱਸੇਗਾ। ਬਸ ਇਹੀ ਚੀਜ਼ ਉਰੇ ਇਹ ਤੈਅ ਕਰੇਗੀ ਕਿ ਅਗਰ ਅਸੀਂ ਹੱਕ ਸੱਚ ਵਾਸਤੇ ਆਵਾਜ਼ ਚੱਕੀਏ, ਚਾਹੇ ਅਸੀਂ ਪੰਜਾਬ 'ਚ ਹਾਂ ਜਾਂ ਫਰਾਂਸ 'ਚ ਹਾਂ ਜਾਂ ਕਿਸੇ ਵੀ ਦੇਸ਼ ਵਿਦੇਸ਼ 'ਚ ਹਾਂ, ਅਗਰ ਅਸੀਂ ਸੱਚਾਈ ਦੇ ਨਾਲ ਅੱਗੇ ਵੱਧਦੇ ਹਾਂ ਤਾਂ ਉੱਥੇ ਦੀਆਂ ਸਰਕਾਰਾਂ ਵੀ ਸਮਝਦੀਆਂ ਨੇ ਕਿ ਹੱਕ ਸੱਚ ਦੀ ਆਵਾਜ਼ ਚੱਕੀ ਜਾ ਰਹੀ ਹੈ, ਅਸੀਂ ਇਹਨਾਂ ਦਾ ਸਾਥ ਦੇਣਾ ਹੈ। ਬਸ ਅਗਰ ਸਾਥ ਕੋਈ ਨਹੀਂ ਦਿੰਦਾ ਤਾਂ ਉਹ ਭਾਰਤ ਹੈ। ਉਰੇ ਦੀਆਂ ਸਰਕਾਰਾਂ ਹਮੇਸ਼ਾ ਹੱਕ ਸੱਚ ਦੀ ਆਵਾਜ਼ ਦੱਬਦੀਆਂ ਆਈਆਂ ਨੇ, ਦੱਬ ਰਹੀਆਂ ਨੇ, ਅਤੇ ਅੱਗੇ ਵੀ ਦੱਬਣਗੀਆਂ, ਉਸ ਦੇ ਹੱਲ ਸਾਨੂੰ ਆਪ ਕੱਢਣੇ ਪੈਣੇ ਨੇ। ਉਸ ਤੋਂ ਬਾਅਦ ਉੱਥੇ ਜਦੋਂ ਮਤਲਬ ਪਹਿਲੀ ਵਾਰ ਆਪ ਉਹਨਾਂ ਨੇ ਹਾਈ ਸਿਕਿਉਰਿਟੀ ਜ਼ੋਨ ਦੇ ਵਿੱਚ ਤੁਸੀਂ ਰੋਸ ਮਾਰਚ ਕੀਤਾ, ਸਭ ਕੁਝ ਕੀਤਾ, ਲੋਕਾਂ ਤੱਕ ਉਹ ਚੀਜ਼ ਸਪਰੈਡ ਹੋਈ ਹੋਣੀ ਹੈ, ਮੀਡੀਆ ਨੇ ਵੀ ਕਵਰੇਜ ਉਹ ਚੀਜ਼ ਕੀਤੀ ਹੋਣੀ ਹੈ, ਬਹੁਤ ਕਵਰੇਜ ਦਿੱਤੀ ਮੀਡੀਆ ਨੇ। ਹੁਣ ਆਪ ਉਹ ਚਿੱਠੀ ਪਾਉਂਦੇ ਵੀ ਕਿਹੜੇ ਦਿਨ ਤੁਸੀਂ ਪ੍ਰੋਟੈਸਟ ਕਰਨਾ, ਇਹ ਵੀ ਪਹਿਲਾ ਮੁਰਖ ਆ ਜੀ। ਦੂਸਰੀ ਇੱਕ ਤੁਹਾਡੇ ਗਿਆਤ ਲਈ ਦੱਸਾਂ ਕਿ ਜਦੋਂ 84 ਵਿੱਚ ਅਟੈਕ ਹੋਇਆ ਸਾਊਥ ਫਰਾਂਸ ਵਿੱਚ, ਅਤੇ ਜਿਹੜੀ ਮੈਂ ਜੋਬ ਕਰ ਰਿਹਾ ਕਿਸੇ ਫਾਰਮਨ ਦੇ ਵਿੱਚ, ਉੱਥੇ ਇੱਕ ਮੈਗਜ਼ੀਨ ਵਾਲੇ ਆਏ ਜੋ ਮੰਥਲੀ ਜਾਂ ਵੀਕਲੀ ਮੈਗਜ਼ੀਨ ਨਿਕਲਦਾ ਹੈ,
वो मैं आखन लगे कि उदो मैं टीवी टूवी का इन्ना है नहीं सी मेरे को प्रबंध वो आखन लगे कि इदा अक्तूबर के इंदिरा गांधी मारती ते तेरा की प्रतिकर्म नाल ही मैनू उन्होंने दस्या भी दो सिखा ने मारती कहते भी तू की कहना चाहना मैं क्या चंगा भी होया भी माड़ा भी होया वो कहते भी ये दो कि गल हो गई है मैं क्या भी उन्हें बहुत पाप किया सिखा से मर गई तो माड़ा ये होया भी सिखा ने मारी वो कहते भी क्यों माड़ा होया मैं क्या माड़ा होया ये भी हुण बहुत ज़्यादा सिखा का नुकसान होगा कोई ये गल कह के सुन के चले गए दो चार दिन बाद फिर आ गए मेरे को तो उदों भी मैं फार्म हाउस फार्म से सा केंद्र तेनों कि पता लगा भी सि हूँ नुकसान होना केंद्र जो महात्मा गांधी मारिया उदो तो कुछ नहीं होया उदो कुछ नहीं होया मैं कहा हिंदू ने हिंदू मारिया साडे एशिया दे विच जां भारत दी फितरत है सोच ही एडी आ कि इन्हां लोगों ने यह नहीं सोचना भी उन्होंने बॉडीगार्डा ने मारी आ जां एक सिखां दीआं जिहड़ियां भावनां नूं ठेस पहुंची उन्होंने ये बदला लिया उन्होंने कम्यूनिटी लैवल से नुकसान किया तो वह नुकसान भी बहुत ज़्यादा किया वो जिहड़े दिल्ली के सिख सन जां परिवार सन वह तो बहुता है ही नहीं सी उन्होंने इस दी जां संत जरनैल सिंह पिंडरांवाला नाल जां कोई होर सोचना बहुती नहीं सी पर उन्होंने ये देख के किया भी सिख आ बिल्कुल ये होया तो जो मैं महसूस करना भी गुलाम कौमां नाल हुंदा ही है गुलाम कौम जिन्नी दुनिया के उत्ते गुलाम कौमां वा जां पिछली हिस्ट्री पढ़दी उन्होंने ये हुंदा ही है नहीं गुलाम कौमां की गल की जाए अगर तो सब तो वड्डी अगर गुलामियत की गल क्योंकि सिख राज तुसीं बाखूबी जानते हो महाराजा रणजीत सिंह वेले अफगानिस्तान तक सिख राज सीगा अफगानिस्तान तक सिखी के झंडे झूलते सी किसी की हिम्मत नहीं सी हुंदी कि पंजाब वल अख चक के भी वेख लैन पर उस तो बाद उही ने कि सियासत दीआं चालां ब्रिटिश हकूमत दीआं कुछ चालां उस तो बाद सिख कौम की उन्होंने पता से है कि अगर यह कौम ढह ढेरी कर दी है या इनू अगर घुण लाना है तो इन्होंने गुरु के मिलावट कर दो इन्हों अपने गुरु तो तोड़ दो मूल तो तोड़ दो इंसान अपने मूल तो टुट गया तो सब तो मुट छुट गया सिंपल जी चीज़ है उन्होंने मूल तो तोड़न वास्ते विच संत समाज वाड़ता विच साध वाड़ते डेरावाद वाड़ता बहुत सारिया ये सारिया चीज़ा ने जिहड़ियां सानू आप समझनिया चाहीदियां ने जिहड़ियां सानू आप यह बहुत गहराई दे नाल समझनिया पैणियां ने अज असी कह दिंदे आ कि उत्थे वो डेरा खुल्लिया है उत्थे वो डेरा खुल्लिया कदी असी उन्हां डेरियां दी हिस्टरी चक्के देखिए सारे दे सारे ब्रिटिश हकूमत वेले उन्हां दे सिपाही सीगे जिहड़े वड्डे तो वड्डे डेरे दे आगू बैठे हुए ने उन्होंने इस तरीके दे नाल कौम दी कमर तोड़ी है कि हुण असी इन्हां नूं गुरु दे नाल तोड़ता क्योंकि धन श्री गुरु ग्रंथ साहिब जी नूं दसां गुरां दी जिंदी जागदी जोत मन्नदी है सिख कौम ते उहदे विच जिन्ना अथाह ज्ञान दा भंडार है अगर हर सिख उसका सिमरन करन लग पे तां कोई दुनिया दी ऐसी ताकत नहीं हो सकती जिहड़ी कदी किसे इक सिख नूं भी हरा सके या उहदा सिर झुका सके पर इन्हां ने उत्थों ही तोड़ना शुरू कर दिता हुण गल करदे आं विदेशां दी तुसीं जो चीज़ां एक्सप्लेन कीतियां उत्थे दियां जो चीज़ां दसियां उत्थे कि इन्ना कुछ होया 84 दे वेले भी इन्ना कुछ होया उत्थे दे लोकां ने तुहानूं सपोर्ट कीती बहुत ज़्यादा सपोर्ट कीती उरे तुसीं इंडिया दे हालात भी देखे होणगे उरे की हालात सी उह तां मैं चलो आया नहीं आया तो मैं दो नहीं उत्थे बैठे तुहानूं पता तां लग ही गया होणा बिल्कुल पता लगदा मैं उह कह रहा तुहानूं उत्थे बैठे हुए लोकां ने सपोर्ट करती उत्थे दीआं सरकारां ने सपोर्ट करती उस वेले इंडिया दे विच इन्ना कि गंद पिया होया सी घरां दे विचों कढ कढ के बच्चियां नूं मारिया जांदा सीगा छोटे छोटे मतलब 8-10 साल दे बच्चियां तों लै के नौजवान बच्चियां तक नूं हर किसी नूं घरों कढ कढ के मारिया गया ते उस तों बाद जो दौर जारी होया सीगा झूठे परचियां दा झूठे मुकाबलियां दा उस नूं भी तुसीं बाखूबी जाणदे हो मतलब असीं उस मुल्क दे विच रहिंदे आ जिस मुल्क दे विच कहा जांदा है कि इह हर धर्म हर वर्ग वास्ते है हर नूं हर किसी नूं असीं पूरी रिस्पैक्ट दिंदे हाँ हर किसी दी असीं पूरी इज्जत करदे हाँ बट इह चीज़ां सिर्फ उत्तों उत्तों लगदियां ने अंदरों उह किते ना किते अपनी एक कट्टड़वादी सोच दे नाल चलदे ने फिर घट गिणती चाहे मुसलमानां दी होवे जैनियां दी होवे वोधियां दी होवे चाहे सिखां दी होवे पर उस हकूमत नूं दबणा चाहुंदे ने पर अगर इह घट गिणती इकट्ठे हो जाण इक थां ते जो अज दे समें 'च हो रिहा है जे उस वेले वह चीज़ हुई होंगी तो शायद 85% एक पासे होंगे तो 15% एक पासे होंगे हुण मैं सिर्फ यह चीज़ मैं तुहाडे तों जानना चाहांगा कि 84 वेले जो उस वेले वापरिया जो कुछ होया भारत के हालात तुसीं देखे विदेश च बैठ के उस वेले तुहाडे ज़हन दे विच सब तो पहला की आया जदों तुसीं सारा देखिया कि किस तरीके नाल कतलेआम चल रहा है
ਭਗਤਾਂ ਦੀ ਬਾਣੀ ਵਿੱਚ ਫਰੀਦ ਸਾਹਿਬ ਦਾ ਇੱਕ ਫਰਮਾਨ ਹੈ, ਫਰੀਦਾ ਬਾਰ ਪਰਾਇਆ ਪੈਸਣ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜਿਉਂ ਸਰੀਰੋਂ ਲੇ। ਫਰੀਦ ਸਾਹਿਬ ਕਹਿੰਦੇ ਵੀ ਜੇ ਤੂੰ ਮੈਨੂੰ ਦਰ ਦਰ ਦਾ ਮੰਗਤਾ ਬਣਾਉਣਾ ਨਾ, ਗੁਲਾਮ ਬਣਾਉਣਾ, ਅਤੇ ਮੇਰੇ ਜਿੰਦ 'ਚੋਂ ਸਰੀਰ 'ਚੋਂ ਜਿੰਦ ਕੱਢ ਲਾ, ਸਾਹ ਕੱਢ ਲਾ, ਰੱਬ ਨੂੰ ਤਾਨਾ ਮਾਰ ਦੇ ਵੀ ਮੈਂ ਗੁਲਾਮ ਨਹੀਂ ਪੜ ਸਕਦਾ। ਗੁਲਾਮ ਕੌਮਾਂ ਦਾ ਇਹੀ ਅਸ਼ਰ ਹੁੰਦਾ। ਬਾਕੀ ਜੋ ਤੁਸੀਂ ਰਾਜ ਦੀ ਗੱਲ ਕੀਤੀ ਪ੍ਰੀਤ ਜੀ, ਰਾਜ ਦੋ ਕਿਸਮ ਦਾ ਹੁੰਦਾ, ਜਾਂ ਤਾਂ ਪੈਰਾਂ ਤੋਂ ਲੈ ਕੇ ਸਿਰ ਤੱਕ ਧਰਮ ਵਿੱਚ ਰੰਗਿਆ ਹੋਵੇ। ਉਹ ਰਾਜ ਦੀ ਤਸਵੀਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਆ, ਜੋ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਆ, ਜੋ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ 239 ਸਾਲ ਦਾ ਸਮਾਂ ਬਣਦਾ ਅਪਰੋਕਸੀਮੇਟਲੀ, ਉਹਨਾਂ ਨੇ ਜਾਤ ਪਾਤ ਊਚ ਨੀਚ ਇਲਾਕਾ ਵੀਰ ਜਿਹੜੇ ਲਿੰਗ ਭੇਦ ਸਾਰੇ ਖਤਮ ਕਰਕੇ ਬਰਾਬਰਤਾ ਦੀ ਗੱਲ ਕੀਤੀ। ਇਹ ਹੈ ਪੈਰਾਂ ਤੋਂ ਲੈ ਕੇ ਟੀਸੀ ਤੱਕ ਧਰਮ ਵਿੱਚ ਰੰਗੇ ਰਾਜ ਦੀ। ਇੱਕ ਹੈ ਧਰਮ ਨਿਰਪੱਖ ਰਾਜ ਜੀ, ਉਹ ਧਰਮ ਨਿਰਪੱਖ ਰਾਜ ਦੀ ਤਸਵੀਰ ਸਾਰੀ ਦੁਨੀਆ ਦੇ ਦੇਖੇ ਤਾਂ ਉਹ ਸਿਰਫ ਸਿਰਫ ਕੀਤੀ ਆ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ। ਬਿਲਕੁਲ, ਉਹਦੇ ਵਿੱਚ ਜਿੱਥੇ ਉਹਨੇ ਗੁਰਦੁਆਰੇ ਨੂੰ ਪੈਸਾ ਦਿੱਤਾ, ਉੱਥੇ ਮੰਦਰਾਂ ਮੰਦਰ ਵੀ ਬਣਾਏ ਟਲ ਖੜਕਾਉਣ ਲਈ ਜੀ, ਮਸੀਤਾਂ ਵੀ ਬਣਾਈਆਂ ਬਾਂਗਾਂ ਦੇਣ ਲਈ। ਇੱਕ ਇਹੋ ਜਿਹਾ ਰਾਜ ਰਿਹਾ ਵੀ ਜਿੱਥੇ ਪਹਿਲਾ ਰਾਜ ਆ ਦੁਨੀਆ 'ਤੇ ਹੋਇਆ ਵੀ ਦੂਸਰੇ ਮੁਲਕ ਦੇ ਲਿਤਿਓਰਾ ਵਰਗੇ ਫਰਾਂਸ ਦੇ ਟਾਲੀਆਂ ਜਿਹੜੇ ਜਨੈਲ ਸੀ ਤੋਪ ਚੀਜ਼ੀ, ਉਹਨਾਂ ਨੇ ਆਣ ਕੇ ਨੌਕਰੀ ਕੀਤੀ ਹੈ। ਬਿਲਕੁਲ, ਇਹ ਧਰਮ ਨਿਰਪੱਖ ਦਾ ਰਾਜ ਜੀ, ਇੱਕ ਵੀ ਬੰਦੇ ਨਾਲ ਅਨਿਆਂ ਨਹੀਂ ਹੋਇਆ। ਅਨਿਆਇ ਨਹੀਂ ਹੋਇਆ, ਕਾਰਨ ਕੀ ਸੀ? ਉਹਨੇ ਰਾਜ ਧਰਮ ਨਿਰਪੱਖ ਸੀ, ਪਰ ਉਹ ਜਿਹੜੀ ਆਪਣੀ ਲੈ ਰਿਹਾ ਸੀ ਫੀਡਬੈਕ ਜਾਂ ਜਾਣਕਾਰੀ ਲੈ ਰਿਹਾ ਸੀ ਰਾਜ ਕਿੱਦਾਂ ਦਾ ਕਰਨਾ, ਉਹ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸੀ, ਕਾਲ ਤਖ਼ਤ ਨੂੰ ਸਮਰਪਿਤ ਸੀ। ਇਹ ਕਾਰਨ ਸੀ ਕਿ ਉਹਦਾ ਰਾਜ ਡਿੱਗਦਾ ਡਿੱਗਦਾ ਢਹਿੰਦਾ ਢਹਿੰਦਾ, ਮਤਲਬ ਹੌਲੀ ਹੌਲੀ ਕਿੰਨੀ ਉਹਨੇ ਤਰੱਕੀ ਕੀਤੀ ਕਿ ਉਹ ਕਾਲ ਤਖ਼ਤ ਨੂੰ ਸਮਰਪਿਤ, ਜਦੋਂ ਵੀ ਕਿਤੇ ਲੋੜ ਪਈ ਤਾਂ ਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਮੁਖੀ ਜਥੇਦਾਰ ਫੂਲਾ ਸਿੰਘ ਨੇ ਕੁਰਬਾਨੀਆਂ ਕੀਤੀਆਂ, ਫੌਜਾਂ ਲੈ ਕੇ ਗਏ, ਅਤੇ ਹਰ ਮਨੁੱਖ ਚਾਹੁੰਦਾ ਸੀ, ਹਰ ਖਾਲਸਾ ਚਾਹੁੰਦਾ ਸੀ, ਇਹ ਖਾਲਸਾ ਰਾਜ ਹੈ, ਸਾਡਾ ਰਾਜ ਆ, ਰਾਜ ਇਹ ਸਾਡੇ ਮੁਲਕ ਦੇ ਭਾਰਤ ਜਿਹਨੂੰ ਕਹਿੰਦੇ ਅਸੀਂ, ਇਹ ਧਰਮ ਕਹਿ ਦਿੰਦੇ ਨਿਰਪੱਖ, ਧਰਮ ਨਿਰਪੱਖਤਾ ਵਾਲੀ ਗੱਲ ਹੀ ਕੋਈ ਨਹੀਂ ਇੱਥੇ। ਬਿਲਕੁਲ, ਇੱਥੇ ਤਾਂ ਮਜ਼ਲੂਮਾਂ ਨੂੰ ਕੋਹ ਕੋਹ ਕੇ ਮਾਰਿਆ ਜਾਂਦਾ, ਹਰ ਮਨੁੱਖ ਲਈ, ਹਰ ਮਿਨੋਰਟੀ ਲਈ ਕਾਨੂੰਨ ਹੋਰ ਆ, ਮਜ਼ੋਰਟੀ ਲਈ ਹੋਰ ਆ, ਉਸ ਕਾਨੂੰਨ ਦੀ ਵਿਵਸਥਾ ਹੀ ਬਦਲ ਦਿੱਤੀ ਜਾਂਦੀ ਕੋਰਟ 'ਚ ਜਾ ਕੇ, ਪੁਲਿਸ ਆਈ ਪੀ ਐੱਸ ਨੇ ਧਾਰਨ ਸਾਰ ਸਾਰਾ ਸਿਸਟਮ ਹੀ ਚੇਂਜ ਕਰਦੇ ਆ। ਜਿੱਦਾਂ ਇੱਥੇ ਨਿਆਂ ਦੀ ਆਸ ਰੱਖਣੀ ਮੂਰਖਤਾ ਹੀ ਹੈ। ਜਿੱਦਾਂ ਉਹੀ ਗੱਲ ਹੈ ਕਿ ਜਿੱਦਾਂ ਸਿੱਖਾਂ ਦੇ ਉੱਤੇ ਹੁਣ ਧਾਰਾ 25 ਲਾ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਹਿੰਦੂ ਦੀ ਸਟੈਂਪ ਲਾ ਦਿੱਤੀ ਹੈ, ਬਹੁਤ ਸਾਰੇ ਹੋਰ ਵੀ ਅਜਿਹੇ ਧਰਮ ਨੇ ਜਿਹਨਾਂ ਨੂੰ ਡਾਇਰੈਕਟ ਵੇ ਇਨਡਾਇਰੈਕਟ ਵੇ ਬਹੁਤ ਧਰਮ ਹੋ ਗਿਆ। ਇਹਦੇ ਸਵਾਲ ਦੀ ਜੇ ਤੁਸੀਂ ਬੇਨਤੀ ਕਰਾਂ, ਇਹਦਾ ਵੀ ਮੇਰੀ ਪ੍ਰੋਬਲਮ ਖੜੀ ਹੋਈ ਹੈ ਜੀ। ਜਦੋਂ ਉਹਨਾਂ ਨੇ ਸਰਟੀਫਿਕੇਟ ਮੰਗਿਆ ਤਾਂ ਅਸੀਂ ਸਰਟੀਫਿਕੇਟ ਇੰਡੀਆ ਤੋਂ ਮੰਗਾਇਆ, ਮੈਰਿਜ ਸਰਟੀਫਿਕੇਟ ਜਦੋਂ ਮੇਰੀ ਫੈਮਿਲੀ ਗਈ ਆ ਜੀ, ਉਹ ਕਹਿੰਦੇ ਵੀ ਆਹ ਹਿੰਦੂ ਐਕਟਰ, ਮੈਂ ਕਿਹਾ ਇਹਨੂੰ ਮੈਂ ਮੰਨਦਾ ਹੀ ਨਹੀਂ, ਮੈਂ ਇਸ ਐਕਟ ਨੂੰ ਨਹੀਂ ਮੰਨਦਾ। ਉਹ ਕਹਿੰਦੇ ਦੇਣਾ ਇਹ ਬੈਸੀ ਨੇ, ਮੈਂ ਆਪਣੇ ਨੂੰ ਰਿਖਦਾ, ਮੈਂ ਕਿਹਾ ਸਾਡਾ ਆਨੰਦ ਕਾਰਜ ਉਦਾਸ ਐਕਟ ਆ, ਇਹ ਵੀ ਫਰਾਂਸ ਸਰਕਾਰ ਨੇ ਪ੍ਰਵਾਨ ਕੀਤਾ ਉਦੋਂ, ਓਕੇ, ਇਹ ਵੀ ਫਰਾਂਸ ਸਰਕਾਰ ਨੇ, ਮੈਂ ਕਿਹਾ ਮੈਂ ਹਿੰਦੂ ਐਕਟ ਨੂੰ ਮੰਨਦਾ, ਮੈਂ ਹਿੰਦੂ ਹੀ ਨਹੀਂ, ਮੈਂ ਸਿੱਖ ਹਾਂ, ਬਿਲਕੁਲ, ਇਸ ਕਰਕੇ ਮੈਂ ਇਹ ਐਕਟ ਨੂੰ ਨਹੀਂ ਮੰਨਦਾ। ਉਹ ਕਹਿੰਦੇ ਇਹ ਲੈ ਕੇ ਤਾਂ ਮੈਂ ਇਕੱਲਿਆ ਕਿ ਸਾਰਿਆਂ ਨੇ ਦਿੱਤੇ ਹੋਏ ਸੀ ਬਾਕੀਆਂ ਨੇ, ਮੈਂ ਕਿਹਾ ਮੈਂ ਨਹੀਂ ਦੇਣਾ। ਆਨੰਦ ਕਾਰਜ ਜਿਹੜਾ ਹੈਗਾ ਉਹ ਫਰਾਂਸ ਸਰਕਾਰ ਨੇ ਤੁਹਾਡੇ ਪ੍ਰਵਾਨ ਕੀਤਾ, ਮੈਂ ਉਹ ਹਿੰਦੂ ਐਕਟ ਜਿਹੜਾ ਉਹਨਾਂ ਨੂੰ, ਮੈਂ ਕਿਹਾ ਮੈਂ ਨਹੀਂ ਲਿਆ ਕੇ ਦੇ ਸਕਦਾ। ਕਹਿੰਦੇ ਕੀ? ਮੈਂ ਕਿਹਾ ਆਨੰਦ ਕਾਰਜ ਹੋਏ, ਤੁਸੀਂ ਪੇਪਰ ਲੈ ਲਓ ਜੀ, ਵਿਆਹ ਦੇ ਦੱਸ। ਇਹ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ ਕਿ ਆਨੰਦ ਕਾਰਜ ਹੋਏ ਨੇ, 7 ਫੇਰੇ ਨਹੀਂ ਹੋਏ, ਪਰ ਸਾਡੀਆਂ ਜਦੋਂ ਲਾਵਾਂ ਹੁੰਦੀਆਂ ਨੇ ਉਹਨਾਂ ਨੂੰ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਹੈਗਾ ਹੈ ਆਨੰਦ ਐਕਟ ਬਣਾ ਦਿੱਤਾ ਗਿਆ ਹੈ, ਪਰ ਉਹਦੀਆਂ ਵੀ ਅਗਰ ਤੁਸੀਂ ਡਿਟੇਲ ਅਗਰ ਪੜੋਗੇ ਤਾਂ ਉਹ ਹਿੰਦੂ ਮੈਰਿਜ ਐਕਟ ਦੇ ਅੰਦਰ ਹੀ ਆਉਂਦਾ ਹੈ। ਹੁਣ ਅਗਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਬਹੁਤ ਟਾਈਮ ਤੋਂ ਇਹ ਮੰਗ ਕਰ ਰਹੇ ਨੇ ਕਿ ਆਨੰਦ ਮੈਰਿਜ ਐਕਟ ਜਿਹੜਾ ਹੈਗਾ ਆ ਉਹ ਇੱਕ ਸੰਪੂਰਨ ਐਕਟ ਤਿਆਰ ਕੀਤਾ ਜਾਵੇ, ਸਿੱਖਾਂ ਨੂੰ ਆਪਣੀ ਇੱਕ ਅਲੱਗ ਪਛਾਣ ਮਿਲੇ, ਧਾਰਾ 25 ਹਟਾਈ ਜਾਵੇ। ਪਰ ਬਹੁਤ ਸਮਾਂ ਹੋ ਗਿਆ ਜੂਝਦਿਆਂ, ਭਾਰਤ ਦੀਆਂ ਸਰਕਾਰਾਂ ਡਾਇਰੈਕਟ ਵੇ ਇਨਡਾਇਰੈਕਟ ਵੇ ਬਹੁਤ ਸਾਰੇ ਨੁਕਤਾਚੀਨੀ ਕਰਕੇ ਜਾਂ ਬਹਾਨੇਬਾਜ਼ੀਆਂ ਕਰਕੇ ਹਮੇਸ਼ਾ ਗੱਲ ਗੋਲਮੋਲ ਕਰ ਦਿੰਦੀਆਂ ਨੇ, ਪਰ ਉਰੇ ਕਿਤੇ ਨਾ ਕਿਤੇ ਉਹ ਨੁਮਾਇੰਦੇ ਜਿਹੜੇ ਇਸ ਵੇਲੇ ਦੇਖ ਰਹੇ ਨੇ ਭਾਰਤ ਸਰਕਾਰ ਦੇ ਵਿੱਚ ਨੇ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਭਾਰਤ ਦੇ ਵਿੱਚ ਤੁਸੀਂ ਆਨੰਦ ਮੈਰਿਜ ਐਕਟ ਨੂੰ ਲਟਕਾ ਕੇ ਕਿ ਡਾਇਰੈਕਟ ਵੇ ਇਨਡਾਇਰੈਕਟ ਵੇ ਹਿੰਦੂ ਮੈਰਿਜ ਐਕਟ ਦੇ ਅੰਦਰ ਕੀਤਾ, ਅਤੇ ਫਰਾਂਸ ਦੀਆਂ ਸਰਕਾਰਾਂ ਨੇ ਉਸ ਵੇਲੇ ਆਨੰਦ ਮੈਰਿਜ ਐਕਟ ਨੂੰ ਉਸੇ ਤਰ੍ਹਾਂ ਸਵੀਕਾਰ ਕੀਤਾ ਸੀ, ਕਿਉਂਕਿ ਇੱਕ ਸਿੱਖ ਖੜਿਆ ਸੀ ਸਾਹਮਣੇ ਜਿਹੜਾ ਮੰਨਣ ਨੂੰ ਤਿਆਰ ਨਹੀਂ ਸੀ ਕਿ ਉਹ ਹਿੰਦੂ ਹੈ ਅਤੇ ਹਿੰਦੂ ਮੈਰਿਜ
ਮੈਰਿਜ ਐਕਟ ਦੇ ਅਧੀਨ ਉਹਨੇ ਵਿਆਹ ਨਹੀਂ ਕੀਤਾ। ਉਹਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਾਵਾਂ ਨਿਰਤੀਆਂ ਨੇ ਅਤੇ ਉਸਦਾ ਇੱਕ ਅਲੱਗ ਐਕਟ ਹੈ, ਸਾਡੀ ਇੱਕ ਆਪਣੀ ਅਲੱਗ ਪਛਾਣ ਹੈ। ਹੁਣ ਉਹ ਚੀਜ਼ਾਂ ਤੁਹਾਨੂੰ ਵੀ ਸੋਚਣੀਆਂ ਬਣਦੀਆਂ ਨੇ, ਜੋ ਵੀ ਹਿੰਦੂ ਵੀਰ ਦੇਖ ਰਿਹਾ, ਮੁਸਲਮਾਨ ਵੀਰ ਦੇਖ ਰਿਹਾ, ਸਿੱਖ ਵੀਰ ਦੇਖ ਰਿਹਾ, ਈਸਾਈ ਵੀਰ ਦੇਖ ਰਿਹਾ, ਬੋਧੀ ਹੈ, ਜੈਨੀ ਹੈ, ਜਿਹੜੇ ਵੀ ਇਸ ਵੇਲੇ ਇਹ ਪ੍ਰੋਗਰਾਮ ਦੇਖ ਰਹੇ ਆ, ਸਾਨੂੰ ਆਪਣੀ ਹੋਂਦ ਆਪ ਬਚਾਉਣੀ ਹੈ, ਸਾਨੂੰ ਆਪਣਾ ਵਜੂਦ ਆਪ ਕਾਇਮ ਕਰਨਾ ਹੈ, ਆਪ ਬਚਾ ਕੇ ਰੱਖਣਾ ਹੈ। ਨਹੀਂ ਤਾਂ ਗੱਲ ਉਹੀ ਹੋ ਗਈ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੀ ਕਿਹਾ ਕਰਦੇ ਸੀ, ਪਹਿਲਾਂ ਵੀ ਮੈਂ ਪ੍ਰੋਗਰਾਮ ਦੇ ਵਿੱਚ ਇੱਕ ਦੋ 'ਚ ਕਹੀ ਹੈ ਕਿ ਉਹ ਕਹਿੰਦੇ ਸੀ ਇੱਕ ਦਿਨ ਉਹ ਬਹੁਤ ਜਲਦ ਆਏਗਾ ਜਿਸ ਦਿਨ ਭੇਖ ਭੂਸ਼ਾ ਦਾ ਤੁਹਾਡੀ ਸਾਰੀ ਦੀ ਸਾਰੀ ਸਿੱਖਾਂ ਦੀ ਹੋਏਗੀ। ਦੇਖਣ ਨੂੰ ਤੁਸੀਂ ਸਿੱਖ ਲੱਗੋਗੇ ਪਰ ਅੰਦਰੋਂ ਕੋਈ ਬੰਦਾ ਸਿੱਖ ਨਹੀਂ ਹੋਊਗਾ। ਕਹਿਣ ਦਾ ਭਾਵ ਕਿ ਉੱਤੋਂ ਤਾਂ ਸਿੰਘ ਹੋਊਗੇ, ਉੱਤੋਂ ਤਾਂ ਸ਼ੇਰ ਹੋਊਗੇ, ਪਰ ਅੰਦਰ ਕੁੱਟ ਕੁੱਟ ਕੇ ਤੁਹਾਡੇ ਗਿੱਦੜ ਭਰੇ ਹੋਣਗੇ, ਜਾਂ ਉਹੀ ਮਤ ਭਰੀ ਹੋਊਗੀ ਜਿਹੜੀ ਹਿੰਦੂ ਰਾਸ਼ਟਰ ਚਾਹੁੰਦਾ ਹੈ। ਅਤੇ ਅਗਰ ਤੁਸੀਂ ਚਾਹੁੰਦੇ ਹੋ ਕਿ ਉਹ ਨਾ ਹੋਵੇ ਤਾਂ ਇਸ ਲਈ ਮੈਂ ਇੱਕੋ ਹੀ ਗੱਲ ਕਹਾਂਗਾ ਕਿ ਆਪਣੇ ਆਪ ਨੂੰ ਬਾਣੀ ਬਾਣੇ ਦੇ ਨਾਲ ਜੋੜੋ, ਗੁਰਬਾਣੀ ਆਪ ਪੜ੍ਹੋ, ਆਪ ਕੰਠ ਕਰੋ, ਕਿਉਂਕਿ ਉਸ ਦੇ ਵਿੱਚ ਜਿੰਨਾ ਅਥਾਹ ਗਿਆਨ ਦਾ ਭੰਡਾਰ ਹੈ, ਅਗਰ ਤੁਸੀਂ ਉੱਥੋਂ ਗਿਆਨ ਲੈਣਾ ਸ਼ੁਰੂ ਕਰੋਗੇ ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਹੈ ਜਿਹੜੀ ਤੁਹਾਡੀਆਂ ਨਜ਼ਰਾਂ ਕਿਤੇ ਵੀ ਝੁਕਾ ਸਕੇ ਜਾਂ ਤੁਹਾਨੂੰ ਹਰਾ ਸਕੇ। ਹੁਣ ਉਸ ਤੋਂ ਬਾਅਦ ਅਗਰ ਫਰਾਂਸ ਦੀ ਗੱਲ ਕੀਤੀ ਜਾਵੇ ਤੁਹਾਡੇ ਸਫ਼ਰ ਦੀ, ਫਰਾਂਸ ਦੇ ਵਿੱਚ ਮੈਨੂੰ ਇੱਕ ਹੋਰ ਚੀਜ਼ ਯਾਦ ਆ ਰਹੀ ਹੈ ਕਿ ਕੋਈ ਇੰਦਰਾ ਗਾਂਧੀ ਦੇ ਵੇਲੇ ਦਾ ਇਨਸਾਨ ਵੀ ਤੁਹਾਨੂੰ ਮਿਲਿਆ ਸੀ ਜਿਸਨੇ ਇਹ ਗੱਲ ਕਹੀ ਸੀ ਕਿ ਹਿੰਦੁਸਤਾਨ ਪੂਰਾ ਗੰਦਾ ਮੁਲਕ ਹੈ ਜਿਹਦੇ ਵਿੱਚੋਂ ਪੰਜਾਬ ਸਾਫ਼ ਹੋਣਾ ਚਾਹੁੰਦਾ ਹੈ, ਪੰਜਾਬ ਆਪਣੇ ਆਪ ਨੂੰ ਕੱਢਣਾ ਚਾਹੁੰਦਾ ਹੈ, ਉਹ ਕੀ ਘਟਨਾ ਸੀ? ਉਹ ਘਟਨਾ ਇੱਦਾਂ ਜੀ, ਜਦੋਂ ਐਮਰਜੈਂਸੀ ਲੱਗੀ ਆ ਜੀ, ਉਹ ਉਸ ਤੋਂ ਪਹਿਲਾਂ ਚੋਣ ਕਮਿਸ਼ਨਰ ਰਿਹਾ ਜੀ, PhD ਡਾਕਟਰ ਸੀਗਾ, ਡਾਕਟਰ ਸੀ ਉਹਦਾ ਬੇਸਿਕ ਮੇਰਾ ਖਿਆਲ ਹੁਸ਼ਿਆਰਪੁਰ ਤੋਂ ਦਿੱਲੀ ਵਸੇ ਸੀ। ਓਕੇ। ਉਹਨੇ ਇੰਦਰਾ ਗਾਂਧੀ ਨੂੰ ਇਹ ਕਿਹਾ ਜਦੋਂ ਇਹ ਵੀ ਜੇ ਪੰਜਾਬ ਦੇ ਲੋਕ ਜਿਹੜੇ ਬੇਅੰਤ ਕੱਛ ਲੋਕ ਨੇ ਉਹ ਗੰਦ 'ਚੋਂ ਨਿਕਲਣਾ ਚਾਹੁੰਦੇ, ਸਾਰਾ ਇੰਡੀਆ ਗੰਦਾ ਮੁਲਕ ਆ, ਅਤੇ ਤੁਹਾਨੂੰ ਕੀ ਤਕਲੀਫ ਆ ਵੀ ਉਹਨੂੰ ਵੱਖਰਾ ਕਰਕੇ ਉਹਨੂੰ ਸਾਫ਼ ਸੁਥਰਾ ਹੋਣ ਦਿਓ, ਵੀ ਗੰਦ 'ਚੋਂ ਨਿਕਲਣਾ ਚਾਹੁੰਦੇ ਜੀ। ਇਹਨਾਂ ਨੇ ਉਹਦਾ ਸਾਰਾ ਜਿਹੜਾ ਪਰਿਵਾਰ ਭਰਪੂਰ ਖਤਮ ਕਰ ਦਿੱਤਾ, ਉਹ ਭੱਜ ਕੇ ਜਾ ਕੇ ਇਹਨੂੰ ਮਾਰਨ ਲੱਗੇ, ਉਹ ਫਰਾਂਸ ਦੀ ਬੈਸੀ ਜਾ ਵੜਿਆ ਉਹਦੇ ਦੱਸਣ ਅਨੁਸਾਰ ਜੀ, ਫਰਾਂਸ ਦੀ ਬੈਸੀ ਨੂੰ ਛੱਡ ਦਿੱਤਾ, ਹਫ਼ਤੇ ਕੁ ਬਾਅਦ ਉਹਨੂੰ ਫਲਾਈਟ 'ਤੇ ਲੈ ਕੇ ਉਹ ਫਰਾਂਸ ਲੈ ਗਿਆ, ਅਤੇ ਫਰਾਂਸ ਉਹਨੂੰ ਉੱਥੇ ਵੀ ਸਿਟੀਜ਼ਨਸ਼ਿਪ ਦਿੱਤੀ। ਉਹ ਡਾਕਟਰ ਸੀਗੇ ਅਤੇ ਮੈਂਟਲੀ ਬੜੇ ਅਪਸੈਟ ਹੋਏ ਵੀ ਜਿਹਦਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਪਰਿਵਾਰ ਦਾ ਘਾਣ ਕੀਤਾ ਗਿਆ, ਇਹ ਉਹਨੇ ਲਫ਼ਜ਼ ਕਹੇ ਸੀਗੇ ਐਮਰਜੈਂਸੀ ਵੇਲੇ ਉਸ ਡਾਕਟਰ ਦੇ ਪੂਰੇ ਪਰਿਵਾਰ ਨੂੰ, ਉਹਦੇ ਦੱਸਣ ਅਨੁਸਾਰ ਵੀ ਸਾਰਾ ਖਤਮ ਕਰ ਦਿੱਤਾ, ਪਰਿਵਾਰ ਅਤੇ ਘਰ ਕੋ ਧਾ ਦਿੱਤਾ, ਅਤੇ ਉਹ ਫਿਰ ਭੱਜ ਕੇ ਬੈਸੀ ਵੜ ਗਿਆ, ਬੈਸੀ ਵਾਲੇ ਨੇ ਉਹਨੂੰ ਫਰਾਂਸ ਭੇਜ ਦਿੱਤਾ ਜੀ। ਨਾਮ ਜ਼ਹਿਨ 'ਚ ਹੈ ਤੁਹਾਨੂੰ ਅਗਰ? ਮੇਰੇ ਨਾਮ ਯਾਦ ਹੁਣ ਇਸ ਟਾਈਮ ਨਹੀਂ, ਉਦੋਂ ਯਾਦ ਸੀਗਾ, ਡਾਕਟਰ ਕਹਿੰਦੇ ਸੀ ਅਸੀਂ ਵੀ ਉਹਨੂੰ ਜੀ ਜੀ, ਕਿਸੇ ਸਬਜੈਕਟ ਦੀ ਉਹਨੇ PhD ਕੀਤੀ ਹੋਈ ਸੀ ਜੀ ਜੀ ਜੀ। ਅਤੇ ਉਸ ਤੋਂ ਹੁਣ ਅਗਰ ਮਤਲਬ ਆਹ ਜਿਹੜੀਆਂ ਘਟਨਾਵਾਂ ਹੈਗੀਆਂ ਨੇ ਕਿ ਜਿਹਨੇ ਵੀ ਅੱਜ ਤੱਕ ਕੌਮ ਦੇ ਵਿੱਚ ਆਵਾਜ਼ ਚੱਕੀ ਹੈ ਉਹਦੀ ਆਵਾਜ਼ ਦਬਾ ਦਿੱਤੀ ਗਈ, ਜਿੱਦਾਂ ਤੁਸੀਂ ਡਾਕਟਰ ਕਿਹਾ, ਚਾਹੇ ਡਾਕਟਰ ਹੋਣ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਹੁਣ, ਕਿਉਂਕਿ ਉਹ ਵੀ ਹੱਕ ਸੱਚ ਦੀ ਗੱਲ ਕਰ ਰਹੇ ਸੀਗੇ, ਉਹਨਾਂ ਨੇ ਕੋਈ ਗਲਤ ਸ਼ਰਤਾਂ ਨਹੀਂ ਸੀ ਰੱਖੀਆਂ, ਅਤੇ ਜੋ ਵੀ ਉਹਨਾਂ ਨੇ ਮੋਰਚੇ ਲਾਏ ਜਾਂ ਜੋ ਵੀ ਮਤੇ ਪਾਸ ਕੀਤੇ ਉਸ ਸਮੇਂ ਉਹ ਵੀ ਸਾਰਿਆਂ ਦੀ ਭਲਾਈ ਵਾਸਤੇ ਸੀ, ਇਹ ਨਹੀਂ ਸੀ ਕਿ ਸਿਰਫ ਅਤੇ ਸਿਰਫ ਸਿੱਖਾਂ ਦਾ ਧਿਆਨ ਰੱਖਿਆ ਗਿਆ ਸੀ, ਉਹਨਾਂ ਨੇ ਸਰਬੱਤ ਦੇ ਭਲੇ ਦਾ ਕੰਮ ਕੀਤਾ ਸੀਗਾ, ਅਤੇ ਸਰਬੱਤ ਦੇ ਭਲੇ ਵਾਸਤੇ ਹੀ ਉਹ ਕਾਰਜ ਕਰਦੇ ਸੀ, ਚਾਹੇ ਕਿਸੇ ਦੀ ਵੀ ਧੀ ਹੋਵੇ, ਭੈਣ ਹੋਵੇ, ਅਗਰ ਉਸਦੇ ਆਹ ਚਾਹੀਏ ਤਾਂ ਉਹ ਮਤਲਬ ਬਾ ਇੱਜ਼ਤ ਉਹਨਾਂ ਦੇ ਘਰ ਤੱਕ ਪਹੁੰਚਾਈ ਉਹਨਾਂ ਨੇ, ਅਤੇ ਚਾਹੇ ਮੰਦਰ ਮਸੀਦ ਦਾ ਕੰਮ ਹੋਵੇ, ਜਦੋਂ ਤੁਸੀਂ ਪਹਿਲਾਂ ਕਿਹਾ ਕਿ ਉਹ ਚੀਜ਼ਾਂ ਉਸੇ ਤਰੀਕੇ ਨਾਲ ਬਣਵਾ ਕੇ ਦਿੱਤੀਆਂ ਗਈਆਂ, ਜੇ ਕਿਸੇ ਦੀ ਕੋਈ ਇਮਾਰਤ ਢਹਿ ਢੇਰੀ ਹੋਈ ਹੈ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਵੀ ਉਹੀ ਹਿਸਾਬ ਦੇ ਨਾਲ ਕਾਰਜ ਕਰਿਆ ਕਰਦੇ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੁੰਦਾ ਸੀ। ਹੁਣ ਉਰੇ ਅਗਰ ਹੈਗੀ ਹੈ ਚੀਜ਼ ਕਿ ਅਜੋਕਾ ਟਾਈਮ ਅਸੀਂ ਦੇਖੀਏ ਤਾਂ ਅੱਜ ਤੁਸੀਂ ਜਦੋਂ ਪੂਰੇ ਪੰਜਾਬ ਵੱਲ ਨਜ਼ਰ ਮਾਰਦੇ ਹੋ, ਦੇਖਦੇ ਹੋ, ਤੁਹਾਨੂੰ ਪੰਜਾਬ ਕਿੱਥੇ ਡਿਜ਼ਰਵ ਕਰਦਾ ਹੋਇਆ ਨਜ਼ਰ ਆਉਂਦਾ ਹੈ, ਕੀ ਦਿਖਦਾ ਤੁਹਾਨੂੰ ਪੰਜਾਬ? ਮੈਂ ਜੋ ਪੰਜਾਬ ਬਾਰੇ ਮੈਨੂੰ ਪਹਿਲਾਂ ਫਸਟ ਟਾਈਮ ਮੈਂ ਪੁੱਛਦੇ ਸੀ, 22 ਮੁਲਕਾਂ ਵਿੱਚ ਮੈਨੂੰ ਰਹਿਣ ਦਾ ਮੌਕਾ ਮਿਲਿਆ, ਇੱਕ ਤਾਂ ਜਾਣਾ ਹੁੰਦਾ, ਇੱਕ ਰਹਿਣਾ, ਦੋ ਚਾਰ ਮਹੀਨੇ, ਸਾਲ ਦੋ ਦੋ ਸਾਲ ਕੰਮ ਕਰ ਮੇਰੇ ਇੱਦਾਂ ਸੀ। ਪੰਜਾਬ ਵਰਗੀ ਸਟੇਟ ਦੁਨੀਆ 'ਤੇ ਕਿਤੇ ਨਹੀਂ ਜੀ, ਅਤੇ ਪੰਜਾਬ ਵਰਗਾ, ਪੰਜਾਬ ਨਹੀਂ ਕਹਿ ਸਕਦੇ, ਹਿੰਦੁਸਤਾਨ ਵਰਗਾ ਗੰਦਾ ਸਿਸਟਮ ਕਿਤੇ ਨਹੀਂ। ਮੇਰੇ ਤਾਂ ਆ ਮੇਰਾ ਡਿਸ ਇਹਦਾ ਹੈਗਾ, ਥੋੜ੍ਹਾ ਜਿਹਾ ਐਕਸਪਲੇਨ ਕਰੋ ਕਿ ਪੰਜਾਬ ਵਰਗਾ, ਕਿਉਂਕਿ ਪੰਜਾਬ ਦੇ ਲੋਕ ਮਿਹਨਤੀ, ਪੰਜਾਬ ਦੀ ਧਰਤੀ ਬਹੁਤ ਜ਼ਿਆਦਾ ਉਪਜਾਊ, ਸਭ ਤੋਂ ਵਧੀਆ ਅਸੀਂ ਕੈਲੀਫੋਰਨੀਆ ਕਹਿੰਦੇ, ਮੈਂ ਉੱਥੇ ਵੀ ਜਾਂਦਾ ਰਿਹਾ, ਬਹੁਤ ਵਾਰੀ ਗਿਆ, ਇੱਕ ਫਸਲ ਹੁੰਦੀ। ਪੰਜਾਬ ਦੀ ਧਰਤੀ ਬੜੀ ਉਪਜਾਊ, ਪਾਣੀ ਦਾ, ਪਾਣੀ ਬੜਾ ਥੱਲੇ ਬਹੁਤ ਵਧੀਆ ਸਾਫ਼ ਸੁਥਰਾ ਪਾਣੀ, ਜੋ ਅਸੀਂ ਅੱਜ ਸਾਰਾ ਗੰਧਲਾ ਕਰਤਾ, ਅਸੀਂ ਨਹੀਂ ਕੀਤਾ, ਸਰਕਾਰ ਦੀ ਪੋਲਿਸੀ ਨਹੀਂ ਕੀਤਾ, ਪੰਜਾਬ ਦਾ ਵਾਤਾਵਰਨ ਹੀ ਨਹੀਂ ਖੇਤ ਝੋਨੇ ਵਾਲਾ। ਪੰਜਾਬ ਦੇ ਵਿੱਚ ਦੇਖੋ
खास तौर पर लुधियाना जिला किन्ने दो गंदे नाले लुधियाने वाला नाला तो एक वेई वगदी है वो कोल भी नहीं लंघ सकता। बिल्कुल ये तो किया वा सरकार की पॉलिसी ना सरकार की नीति ना इनू प्रदूषित करता कि कैंसर फैल रहा की कुछ हो रहा। यह तो पानी प्रदूषित होया हवा प्रदूषित असी कर दी समाज भी प्रदूषित साडा हो गया समाज में इनिया वंडिया पै गई राजनीतिक तौर पर लड़ाइया झगड़े इतों तक एक एक परिवार में वंडिया पै गई उदू बाद साडा जिते समाज प्रदूषित होया फैमिली प्रदूषित हो गई है लड़की माँ तो पल्ला रखती है माँ लड़की तो पल्ला रखती नैट तो प्यो धी तो रखता पो माँ पुत आपस में रखते वक्रा वक्रा साडा सिस्टम सारा बन गया। यह साडा पंजाब का समाज जो मैं इतने पढ़िया इतने बड़ा होया एक सम किसी का कोई बच्चा नशा कोई करता सी किसी तरह का तो लोग एक लफ्ज वरतते भी अपना लड़का ज लड़की थोड़ी जी गलत हो गई है वो ये नहीं कि जो थोड़ा लड़का ज लड़की देखो फर्क बड़ा बिल्कुल वो ये सोचते भी साडा वा एक इतों तक तुम ए ना सोच लेना मैं नशा करते हक चाह कोई जवाई शराब पीता सो पिंड आ जाना वो परिवार ना पीता होना नशा वो ना होना तो आंढ़िया गुआढ़ियों उन्होंने घर लैके जानी रोटी खोनी शराब पिलानी उन्हें कहना साडा जवाई आ बिल्कुल पिंड कहता है उन्ना प्यार सत्कार इन्ना प्यार किसी एक पास जाना किसी के खेत चो चीज लैन जानी किसानी ना संबंधित तो यह नहीं कहना मैं लै जावा कहना मैं चीज लै चलिया अपनी हूँ साढ़े समाज यह हो गया जिते साडा पानी प्रदूषित हो हवा प्रदूषित समाज प्रदूषित इदा होया हूँ जे किसी का कोई बच्चा नशा करता तो गुआढ़ी खुश हों भी ये जे नशा करूगा चीज बेचू कोई खर प्रॉपर्टी बेचू आप खरीदा सस्ती खरीदा आ हालात हो गए वह मुड़ के सू पिछे जाना पेगा साडा इतना गुरुआ द पैगंबर की शहीदा की पवित्र धरती पवित्र हो रही है पर तुम लगता है कि जो कह रहे हो कि समा सू पिछे लैके जाना पैना है उदा का पंजाब जिदा का पहला हों कि जॉइंट फैमिलीज होंदिया सी वड्डिया वड्डिया जिन्ना एका पिंडा दे विच हुंदा सी जिन्ना भाईचारा जिन्ना प्यार जिन्ना सत्कार परिवारों के हुंदा सी हुण तुहानूं लगता कि यू टर्न लै सकदे ने परिवार बिल्कुल जी हो सकता उहदा काम आ जदों सारे जिहड़े लोक वाह ना सिर जोड़ के बैठ के साडे लीडर ते साड़ी जिहड़ी खास तौर ते जिहड़ी लीडर नूं तुहानूं लगदा है भी फुरसत है कि लीडर ये भी मेरा ख्याल मेरे हिसाब नाल पहली वार भी जिन्नी नलायक लीडरशिप सिख कौम नूं हुण मिली कदे मिली नहीं जे तो सिख लोग आस रखते ने किन्ने सालों तो नलायक लीडरशिप चली आ रही है सिख कौम मैं तो तुसी ला लो भी 95 तो बाद मैं इहदी थोड़ी जी खोज पड़ताल करनी शुरू की भी सब तो साडा यह दो चीज़ा होंदिया एक धार्मिक खेत्र होंदा एक राजनीतिक खेत्र होंदा एक समाजिक होंदा बिल्कुल साडे तिन्ने प्रदूषित होए आ धार्मिक खेत्र के उत्ते राजनीतिक खेत्र का कब्जा वा पूरी तरह और इतों कह दो भी एक फैमिली का कब्जा है जितों सानू सिक्ख्या मिलनी आ एस जी पी सी तो सिक्ख्या मिलनी है एस जी पी सी ने प्रचार करना सेध मिलनी तख्त साहबदान तो अकाल तख्त साहब तो सेध मिलनी है वो सारा जो ढांचा साडा गुलाम होया बैठा कोई भी आजाद नहीं गा बिल्कुल पूरी तरह साडे जथेदार भी गुलाम ने एस जी पी सी भी गुलाम है इतों तक जिहड़ी साडी अपने आप नूं खौती पंथक सरकार कहिंदी वह भी गुलाम आ तुसीं उह पुछोगे उह किहदे गुलाम आ उह भाजपा दे गुलाम आ भाजपा आर एस एस दे गुलाम आ वो एक चैन बनी हुई है जो तो हुक्म आता वही कहें उदाहरण तुम कदे अगे सुनी होगी भी पूर्ण सो साडा जथेदार अकाल तख्त साहब का पिछगा वो गुने गया होया उत्थे इन्हां दे आर एस एस दे सारे वड्डे बंदे ने हैडक्वाटर ने उन्हें बीबी जगीर कौर नूं पंथ चो छेकता उन्हें बीबी जगीर कौर ने जथेदार नूं पूर्ण सो नूं लाता उन्हां दे दबा च आ के देखो काल तख्त का जथेदार होनू प लाया होनू वी पोस्ट तो श्री दरबार साहब के हैडकर पोस्ट कितने छोटी है वनू उ लाना पै गया वो इन्नी उन्होंने घुसपैठ की हुई उन्होंने कहण तो बिना साढ़े किसी भी सिस्टम में पत्ता नहीं हिलता पत्ता नहीं हिल सकता राजनीतिक तौर पर भी गुलाम बनाए हुए हैं सानू धार्मिक तौर पर भी फिर मेरे दुख मैं इस गल का आता हूँ भी आज मोर्चे बारे गल करते हो सिख मोर्चे लाने ही जमी है सिख घल्लूकारा होया छोटा घल्लूकारा होया वड्डा घल्लूकारा होया गुरदास नंगल होया फिर बज बज की घाट से हुए जलियांवाला बाग होया 1984 हुई
ਜਾਂ ਕਾਲੇ ਪਾਣੀ ਦੀ ਸਜ਼ਾ ਹੋਈ ਜਾਂ ਫਾਂਸੀ, ਇਹ ਸਿੱਖ ਕੌਮ ਕੇਵਲ ਆਪਣੇ ਆਪ ਨੂੰ ਸ਼ਹੀਦ ਹੋਣ ਲਈ ਜੰਮੀ ਆ ਜਾਂ ਸਿੱਖ ਕੌਮ ਕੇਵਲ ਆ ਬੋਰਚੇ ਲਾਉਣ ਨੂੰ ਜੰਮੀ? ਇਹ ਆਜ਼ਾਦੀ ਦਾ ਕਿਤੇ ਇਹਨੂੰ ਮਾਣ ਇਹਨੂੰ ਨਹੀਂ, ਕਿੰਨਾ ਵੇਸਟ ਹੋ ਰਿਹਾ ਪੈਸਾ ਕਾਨਫਰੰਸਾਂ 'ਤੇ, ਦੂਸਰਿਆਂ 'ਤੇ ਜਾਂ ਵੱਡੇ ਵੱਡੇ ਮੋਰਚਿਆਂ 'ਤੇ? ਕਰੋੜਾਂ ਨਹੀਂ ਅਰਬਾਂ ਰੁਪਏ ਦਾ ਕੌਮ ਦਾ ਨੁਕਸਾਨ ਹੋ ਰਿਹਾ। ਤੁਸੀਂ ਰੋਜ਼ ਦੀ ਤੇਲ ਦਾ ਖਰਚ ਲਾ ਲਓ, ਜਿਹੜੀਆਂ ਗੱਡੀਆਂ ਜਾਂਦੀਆਂ, ਬੰਦੇ ਜਿਹੜੇ ਕੰਮ ਛੱਡ ਕੇ ਜਾਂਦੇ, ਇੱਕ ਇਹ ਕੰਮ ਚੱਲਦਾ ਰਹੂਗਾ ਕੌਮ? ਉਹ ਫਿਰ ਸੋਚੀਦਾ, ਹਜੇ ਕੌਮ ਸੁਚੇਤ ਨਹੀਂ ਗਈ। ਕੌਮ ਪਰ ਸੁਚੇਤ ਹੋਊਗੀ ਕਿੱਥੋਂ? ਮੈਂ ਇੱਕ ਗੱਲ, ਕਿਉਂਕਿ ਪਾਲ ਜੀ ਦੇ ਜੋ ਸਵਾਲ ਜੋ ਜਵਾਬ ਇਹ ਦੇ ਰਹੇ ਨੇ, ਮੇਰੇ ਜ਼ਹਿਨ 'ਚ ਵੀ ਮਤਲਬ ਉਹ ਚੀਜ਼ਾਂ ਗੱਲਾਂ ਸੁਣ ਕੇ ਨਾ ਇੱਕ ਫੀਲ ਹੁੰਦਾ ਕਿ ਸੁਚੇਤ ਕਦੋਂ ਹੋਊਗੀ ਕੌਮ? ਹਲੇ ਹੋਰ ਕੀ ਤੁਸੀਂ ਦੇਖਣਾ ਚਾਹੁੰਦੇ ਹੋ, ਕੀ ਇੰਤਜ਼ਾਰ ਕੀ ਕਿਸ ਚੀਜ਼ ਦਾ ਹੋ ਰਿਹਾ ਹੈ? ਕਿਉਂਕਿ ਅਸੀਂ ਕਿ ਹਲੇ ਅਸੀਂ ਸੁਚੇਤ ਨਹੀਂ ਹੈਗੇ, ਕਿਸ ਚੀਜ਼ ਤੋਂ ਸੁਚੇਤ ਨਹੀਂ ਹੈਗੇ? ਪੰਜਾਬ ਦੇ ਵਿੱਚ ਬਚਿਆ ਕੀ ਹੈ ਮੈਨੂੰ ਇਹ ਦੱਸ ਦਿਉ, ਕਿਉਂਕਿ ਪੰਜਾਬ ਦੀ ਆਵਾਮ ਮੈਨੂੰ ਸੜਕਾਂ ਉੱਤੇ ਚੱਲਦੀਆਂ ਫਿਰਦੀਆਂ ਲਾਸ਼ਾਂ ਲੱਗਦੀਆਂ ਨੇ, ਉਸ ਤੋਂ ਇਲਾਵਾ ਹੋਰ ਕੁਛ ਨਹੀਂ ਲੱਗਦਾ, ਕਿਉਂਕਿ ਨਾ ਕਿਸੇ ਦੇ ਅੰਦਰ ਇਨਸਾਨੀਅਤ ਬਚੀ ਹੈ। ਬਹੁਤ ਘੱਟ ਅਜਿਹੇ ਸ਼ਖਸ ਹੋਣਗੇ ਜਿਹਨਾਂ ਦੇ ਅੰਦਰ ਇਨਸਾਨੀਅਤ ਦਾ ਜਜ਼ਬਾ ਹੋਊਗਾ, ਜਿਹਨਾਂ ਦੇ ਅੰਦਰ ਸਰਬੱਤ ਦੇ ਭਲੇ ਦੀ ਗੱਲ ਹੋਏਗੀ ਸੱਚਾਈ ਅਤੇ ਇਮਾਨਦਾਰੀ ਦੇ ਨਾਲ, ਜਾਂ ਜਿਹੜੇ ਤਾਬਿਆਂ 'ਤੇ ਬਹਿ ਕੇ ਪਾਠ ਵੀ ਕਰਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਸੱਚੇ ਮਨੋਂ ਕਰਦੇ ਹੋਣਗੇ। ਕਿਉਂਕਿ ਬਹੁਤ ਸਾਰੇ ਅਜਿਹੀਆਂ ਵੀਡੀਓਜ਼ ਮੈਂ ਹੀ ਚੈਨਲ ਦੇ ਉੱਤੇ ਨਸ਼ਰ ਕੀਤੀਆਂ ਨੇ ਕਿ ਤਾਬਿਆਂ ਉੱਤੇ ਬੈਠੇ ਨੇ, ਕੰਨਾਂ 'ਚ ਹੈੱਡਫੋਨਸ ਲੱਗੇ ਹੋਏ ਨੇ, ਬਾਬੇ ਪਾਠ ਕਰ ਰਹੇ ਨੇ, ਨੇੜੇ ਡੀਜੇ ਵੱਜ ਰਿਹਾ ਆ। ਮਤਲਬ ਅਸੀਂ ਕਿੱਧਰ ਨੂੰ ਚੱਲੇ ਹੋਏ ਹਾਂ? ਅਸੀਂ ਕਹਿੰਦੇ ਹਾਂ ਕਿ ਆਪਣੇ ਜਵਾਨ ਵਰਗ ਨੂੰ ਅਸੀਂ ਵਿਦੇਸ਼ਾਂ 'ਚ ਭੇਜਣਾ, ਵਿਦੇਸ਼ਾਂ 'ਚ ਜਾ ਕੇ ਡਿਗਰੀਆਂ ਕਰਵਾਉਣੀਆਂ ਨੇ, ਅਸੀਂ ਆਪਣੇ ਬੱਚਿਆਂ ਨੂੰ ਬਾਹਰ ਸੈਟਲ ਕਰਨਾ, ਆਖਿਰ ਪੰਜਾਬ ਦੇ ਵਿੱਚ ਕਮੀ ਕੀ ਹੈ? ਕਮੀ ਕੋਈ ਨਹੀਂ ਸੀ, ਕਮੀ ਪਾਈ ਜਾ ਰਹੀ ਹੈ ਅਤੇ ਅਸੀਂ ਪਾਉਣ ਦੇ ਰਹੇ ਹਾਂ ਉਹ ਕਮੀ, ਅਤੇ ਇੱਕ ਦਿਨ ਉਹ ਆ ਜਾਣਾ ਕਿ ਪੰਜਾਬ ਪੂਰੀ ਤਰ੍ਹਾਂ ਲਾਚਾਰ ਹੋ ਜਾਣਾ ਹੈ। ਕਿਉਂਕਿ ਇਹਨਾਂ ਨੇ ਅੰਨਾ ਤਾਂ ਕਰ ਹੀ ਦਿੱਤਾ ਹੈ, ਸਾਨੂੰ ਕੋਈ ਵੀ ਦੇਖਦਾ ਨਹੀਂ, ਸਾਡੇ ਸਾਹਮਣੇ ਸਾਰੇ ਪੋਲੀਟੀਸ਼ੀਅਨਸ ਹੋ ਗਏ ਜਾਂ ਸਾਡੇ ਧਾਰਮਿਕ ਅਦਾਰੇ ਹੋ ਗਏ, ਸਾਰੇ ਦੇ ਸਾਰੇ ਇੱਕ ਧਿਰ ਦੇ ਹੱਥ 'ਚ ਨੇ। ਅਸੀਂ ਦੇਖ ਰਹੇ ਹਾਂ, ਦੇਖ ਕੇ ਵੀ ਅਸੀਂ ਅਣਦੇਖਾ ਕਰ ਰਹੇ ਹਾਂ, ਅੰਨੇ ਹੋ ਚੁੱਕੇ ਹਾਂ, ਲਾਚਾਰ। ਅਸੀਂ ਲੰਗੜੇ ਪਹਿਲਾਂ ਹੀ ਕਰ ਦਿੱਤੇ ਆ ਨਸ਼ੇ ਨੇ, ਕਿਉਂਕਿ ਜਵਾਨ ਵਰਗ ਜਿਹਨੇ ਅੱਗੇ ਜਾ ਕੇ ਪੰਜਾਬ ਸਾਹਮਣਾ ਆ, ਕਹਿ ਸਕਦੇ ਹਾਂ ਕਿ ਸਿਆਸਤ ਸਾਹਮਣੀ ਆ, ਭਾਰਤ ਸਾਹਮਣਾ ਆ, ਉਹਨਾਂ ਨੂੰ ਨਸ਼ੇ ਦਾ ਐਸਾ ਘੁਣ ਲਾ ਦਿੱਤਾ। ਅਤੇ ਸਿਰਫ ਅਤੇ ਸਿਰਫ ਪੰਜਾਬ ਦੇ ਵਿੱਚ ਨਸ਼ੇ ਜਿਸ ਲੈਵਲ ਦੇ ਉੱਤੇ ਹੈਗਾ, ਪੂਰੇ ਭਾਰਤ 'ਚ ਸਾਨੂੰ ਉਹਨਾਂ ਕਿਤੇ ਨਹੀਂ ਮਿਲੇਗਾ। ਅਤੇ ਜਿੰਨਾ ਸਿੰਥੈਟਿਕ ਡਰੱਗ ਪੰਜਾਬ ਦੇ ਵਿੱਚ ਸਪਲਾਈ ਹੋ ਕੇ ਬਾਹਰੋਂ ਆਉਂਦਾ ਆ, ਉਹਨਾਂ ਆਲ ਓਵਰ ਇੰਡੀਆ ਦੇ ਵਿੱਚ ਸਰਵੇ ਕਰਵਾ ਕੇ ਤੁਸੀਂ ਦੇਖ ਲਿਓ, ਕਿਤੇ ਨਹੀਂ ਉਹਨਾਂ ਹੁੰਦਾ ਹੋਊਗਾ। ਅਗਰ ਨਸ਼ਾ ਕਿਤੇ ਬਾਹਰੋਂ ਫੜਿਆ ਵੀ ਜਾਂਦਾ ਤਾਂ ਉਹ ਸਪਲਾਈ ਪੰਜਾਬ ਨੂੰ ਹੀ ਆ ਰਹੀ ਹੁੰਦੀ ਹੈ। ਕੌਣ ਕਰ ਰਿਹਾ ਹੈ? ਇਹ ਚੀਜ਼ਾਂ ਉਹ ਸੋਚਣ ਵਾਲੀਆਂ ਨੇ ਜਿਹਨਾਂ ਉੱਤੇ ਅਗਰ ਅਸੀਂ ਅੱਜ ਨਹੀਂ ਚਿੰਤਨ ਕੀਤਾ ਤਾਂ ਉਹ ਦਿਨ ਦੂਰ ਨਹੀਂ ਹੋਏਗਾ ਜਦੋਂ ਪੰਜਾਬ ਦੀ ਪੂਰੀ ਧਰਤੀ ਬੰਜਰ ਹੋਏਗੀ, ਰੇਗਿਸਤਾਨ ਬਣ ਚੁੱਕਿਆ ਹੋਏਗਾ, ਅਤੇ ਅਸੀਂ ਆਪ ਮਜਬੂਰ ਹੋਵਾਂਗੇ ਆਪਣੇ ਘਰ, ਜਿਹਨਾਂ ਨੂੰ ਅਸੀਂ ਹੱਸਦੇ ਖੇਡਦੇ ਘਰ ਕਹਿੰਦੇ ਹਾਂ, ਛੱਡ ਕੇ ਜਾਣ ਵਾਸਤੇ। ਕਿਉਂਕਿ ਨਾ ਇੱਥੇ ਪੀਣ ਵਾਸਤੇ ਪਾਣੀ ਹੋਏਗਾ, ਨਾ ਤੁਸੀਂ ਉਰੇ ਰਹਿਣ ਜੋਗੇ ਰਹਿਣਾ ਆ, ਨਾ ਜਵਾਨ ਵਰਗ ਨੇ ਬਚਣਾ ਆ। ਹੁਣ ਪਾਲ ਜੀ ਸਵਾਲ ਇਹੀ ਆਉਂਦਾ ਹੈ ਕਿ ਜਦ ਇੰਨਾ ਗੰਦ ਪੈ ਚੁੱਕਿਆ ਆ, ਇੰਨੀ ਚੀਜ਼ ਵੱਧ ਚੁੱਕੀ ਆ, ਹੁਣ ਇਸ ਚੀਜ਼ ਦੀ ਸਫਾਈ ਤੁਹਾਨੂੰ ਕੀ ਲੱਗਦਾ ਕਿੱਦਾਂ ਕਰੀਏ? ਕਿਉਂਕਿ ਮੈਂ ਵੀ ਉਹਨਾਂ ਵਿੱਚੋਂ ਇੱਕ ਆ, ਆਮ ਆਲਸੋ ਵਨ ਆਫ ਦੈਮ, ਤਾਂ ਕਰਕੇ ਮੈਨੂੰ ਪੇਨ ਬਹੁਤ ਜ਼ਿਆਦਾ ਹੁੰਦੀ ਹੈ। ਮੇਰੀ ਵੀ ਪੂਰੀ ਫੈਮਿਲੀ ਐਬਰੋਡ ਸੈਟਲਡ ਹੈ, ਦੇ ਫੋਰਸ ਮੀ ਸੋ ਮੈਨੀ ਟਾਈਮ ਕਿ ਤੂੰ PR ਕਰਵਾ ਲਾ, ਆ ਜਾ, ਠੀਕ ਹੈ, ਕਿ ਪੰਜਾਬ 'ਚ ਜਾਂ ਇੰਡੀਆ 'ਚ ਤਾਂ ਗੰਦ ਬਹੁਤ ਆ, ਦੀਜ਼ ਆਰ ਦਾ ਵਰਡਸ, ਕਿ ਗੰਦ ਬਹੁਤ ਆ, ਉੱਥੇ ਗੰਦ 'ਚ ਨਾ ਰਹਿ, ਆ ਜਾਓ ਨਿਕਲ ਕੇ ਉੱਥੋਂ ਬਾਹਰ, ਵੀ ਉਰੇ ਬਹੁਤ ਵਧੀਆ ਸਿਸਟਮ ਹੈ, ਸਾਫ਼ ਸੁਥਰਾ ਹੈ, ਕੋਈ ਉਰੇ ਧੋਖਾਧੜੀ ਨਹੀਂ ਹੈਗੀ, ਉਰੇ ਦੇ ਸਿਸਟਮਸ ਬਹੁਤ ਅੱਛੇ ਨੇ, ਉਰੇ ਦੀ ਗਵਰਨਮੈਂਟ ਬਹੁਤ ਅੱਛੀ ਹੈ, ਬਹੁਤ ਸਪੋਰਟਿਵ ਹੈ, ਪਰ ਆਪਣੀ ਮਾਤਰ ਭੂਮੀ ਨੂੰ, ਆਪਣੀ ਮਤਲਬ ਮਾਂ ਨੂੰ ਛੱਡ ਕੇ ਜਾਣ ਦਾ ਜੀ ਨਹੀਂ ਕਰਦਾ। ਕਿਸੇ ਨਾ ਕਿਸੇ ਨੂੰ ਤਾਂ ਬੀੜਾ ਉਹ ਚੱਕਣਾ ਪੈਣਾ ਕਿ ਅਸੀਂ ਗੰਦ ਸਾਫ਼ ਕਰੀਏ। ਚਲੋ ਕੁਛ ਹੋਵੇ ਨਾ ਹੋਵੇ, ਅੰਦਰੋਂ ਤਾਂ ਸਾਡੇ ਦਿਲ ਨੂੰ ਤਸੱਲੀ ਰਹੂਗੀ ਕਿ ਅਸੀਂ ਆਪਣੇ ਵੱਲੋਂ ਐਫਰਟ ਕੀਤੀ ਸੀ। ਤੁਸੀਂ ਕੀ ਸੋਚਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਗੰਦ ਸਾਫ਼ ਹੋ ਸਕਦਾ? ਸਭ ਤੋਂ ਪਹਿਲਾਂ ਪ੍ਰੀਤ ਜੀ ਸਾਨੂੰ ਇਹ ਸਮਝਣਾ ਪਊ ਵੀ ਗੰਦ ਪਾਇਆ ਕਿਹਨੇ ਆ, ਕਿਸੇ ਨੇ ਨਹੀਂ ਪਾਇਆ, ਉਹ ਤਾਂ ਜਗ ਜ਼ਾਹਿਰ ਹੈ ਜੀ, ਉਹ ਖੁਦ ਅਸੀਂ ਪਾਇਆ। ਅਸੀਂ ਕਿੰਨੇ ਰਾਜਨੀਤਿਕ ਬੰਦਾ ਕਸੂਰਵਾਰ ਵਾ, ਉਹ ਰਾਜਨੀਤਿਕ ਲੀਡਰ ਬਣਿਆ ਕਿਵੇਂ ਆ? ਉਹ ਅਸੀਂ ਬਣਾਇਆ, ਬਿਲਕੁਲ ਅਸੀਂ ਕਿਵੇਂ ਬਣਾਇਆ? ਇੱਕ ਇਹ ਵੀ ਦੁਨੀਆ ਦਾ ਸ਼ਾਇਦ ਇੱਕੋ ਮੁਲਕ ਆ, ਮੈਂ ਵਿਦੇਸ਼ ਵਿੱਚ ਇਹ ਚੀਜ਼ ਦੇਖੀ ਨਹੀਂ, ਨਾ ਮੁਮਕਿਨ ਆ ਜੀ, ਵੀ ਇੱਕ ਬਿਜਨਸ ਆ, ਇੱਕ ਰਾਜਨੀਤਿਕ ਜਿਹੜਾ ਬੰਦਾ ਬਣਨਾ ਉਹ ਇੱਕ ਕਾਰੋਬਾਰ ਆ, ਉਹ 2-4 ਕਰੋੜ ਰੁਪਈਆ ਲਾਉਂਦੇ ਆ, ਜਿਹਦੇ 4 ਕਰੋੜ ਰੁਪਈਆ ਲਾਉਣਾ ਉਹਨੇ 8 ਕਰੋੜ ਅਗਲੀ ਵਾਰੀ ਬਣਾਉਣਾ। ਉਹ ਕੀ ਕਰਦੇ ਆ, ਜੋ ਹਿੰਦੂ ਪੰਜਾਬ ਦਾ ਸਮਗਲਰ ਆ, ਸਮਗਲਿੰਗ ਸਿਸਟਮ ਆ, ਗੈਂਗਸਟਰ ਸਿਸਟਮ ਆ, ਉਹ ਸਾਰੀ ਰਾਜਨੀਤਿਕ ਬੰਦਿਆਂ ਦੀ ਦੇਣ ਆ ਜੀ, ਜਾਂ ਕਹਿ ਲਓ ਗੰਦੀ ਰਾਜਨੀਤਿਕ ਸੋਚ ਦੀ ਦੇਣ ਆ। ਉਹਨਾਂ ਨੇ ਜਦੋਂ ਨੌਜਵਾਨ ਨਸ਼ਾ ਕਿੱਦਾਂ ਆਉਂਦਾ ਜੀ, ਜੋ ਮੈਨੂੰ 7 ਸਾਲ ਅਤੇ 28 ਦਿਨ ਜੇਲ੍ਹ 'ਚ ਰਹਿਣ ਦਾ ਮੌਕਾ ਮਿਲਿਆ ਜੀ, ਉੱਥੇ ਮੈਂ ਜਾ ਕੇ 2 ਜੇਲ੍ਹਾਂ 'ਚ ਦੇਖਿਆ ਵੀ ਕੀ ਹੋਇਆ, ਕਿੱਦਾਂ ਕਿੱਦਾਂ ਹੁੰਦਾ ਆ, ਜਿਹੜੇ ਗੈਂਗਸਟਰ ਆ ਕਿਵੇਂ ਬਣਦੇ ਨੇ,
समाज नहीं गैंगस्टर बनाउंदा, परिवार नहीं बनाउंदा, जमदे नहीं माता दे, बिल्कुल राजनीति सिस्टम ने बनाए पंजाब च। वह पहला मुंडिया नूं इह 10-15-20 दिन इलैक्शन हर साल आउंदियां रहिंदियां, बिल्कुल ਇਹ ਨਸ਼ਾ ਸਪਲਾਈ ਕਰਦੇ ਨੇ ਜਿੱਦਾਂ ਦਾ ਵੀ ਨਸ਼ਾ ਕੋਈ ਹੈਗਾ, ਸ਼ਰਾਬ ਆ, ਅਫੀਮ ਆ, ਡੋਡੇ ਆ, ਭੂਕੀ ਆ, ਸਮੈਕ ਆ, ਜੋ ਵੀ ਹੀਰੋਇਨ ਇਹ ਸਪਲਾਈ ਕਰਦੇ। ਉਹਨਾਂ 'ਚੋਂ 100 ਕੁ ਮੁੰਡਾ 100-100, 200-200 ਮੁੰਡੇ ਆਪਣੇ ਇੱਕ ਹਲਕੇ 'ਚ ਘੁੰਮਦੇ ਨੇ, ਇਹਨਾਂ ਦਾ ਉਹ ਨਸ਼ਾ ਦਿੰਦੇ ਨੇ। ਉਹਨਾਂ 'ਚੋਂ ਤੁਸੀਂ ਲਾ ਲਓ ਵੀ 20% ਵੀ ਲੱਗ ਜਾਣ ਨਸ਼ੇ ਦੇ ਪੱਕੇ, 15-20 ਦਿਨ ਬਾਅਦ ਖਾ ਲਿਆ ਪੱਕਾ ਹੋ ਗਿਆ ਨਸ਼ੇ 'ਤੇ। ਉਹਨਾਂ 'ਚੋਂ ਫਿਰ ਹੁਣ ਨਸ਼ਾ ਕੀ ਕਰੂਗੇ ਉਹ ਬੱਚੇ ਕੀ ਕਰਨਗੇ? ਜੇ ਤਾਂ ਘਰ ਚੰਗਾ ਲਈ ਜਾਣਗੇ ਪੈਸੇ, ਹੌਲੀ ਹੌਲੀ ਮਾਤਾ ਪਿਤਾ ਪੈਸੇ ਕੱਟ ਦੇਣਗੇ, ਉਹ ਫਿਰ ਚੋਰੀ ਕਰਨਗੇ, ਘਰ ਚੋਰੀ ਕਰਨਗੇ, ਡਾਕੇ ਮਾਰ ਘਰ ਤੋਂ ਚੋਰੀ ਤੋਂ ਜਦੋਂ ਘਰ ਦੀ ਚੋਰੀ ਬੰਦ ਹੋ ਗਈ, ਫਿਰ ਵਾਲੀਆਂ ਵੂਲੀਆਂ ਲਾਉਣਗੇ ਛੋਟਾ ਕੰਮ, ਫਿਰ ਡਾਕਾ ਮਾਰਨਗੇ ਵੱਡੇ ਕੰਮ ਕਰਨਗੇ। ਉਹਨਾਂ 'ਚੋਂ ਕੁਝ ਬੰਦੇ ਮੁੰਡੇ ਲੱਗ ਪੈਂਦੇ ਆ ਬਲੈਕ ਕਰਨ, ਸਮਗਲ ਕਰਨ, ਕੁਝ ਸਰਦਾ ਨਹੀਂ, ਬਿਲਕੁਲ ਜਿਹੜੇ ਤਾਂ ਇਹਨਾਂ ਦੇ ਬੰਦੇ ਹੁੰਦੇ, ਜਿਹੜੀ ਸਰਕਾਰ ਮੌਜੂਦਾ ਸਰਕਾਰ ਦੀ, ਜਿਹੜੇ ਤਾਂ ਉਹਨਾਂ ਦੇ ਬੰਦੇ ਹੁੰਦੇ ਸਮਗਲ ਕਰਦੇ, ਉਹਨਾਂ ਨੂੰ ਤਾਂ ਛੱਡ ਦਿੰਦੇ, ਦੂਜਿਆਂ ਨੂੰ ਚੱਕ ਕੇ ਜੇਲ੍ਹਾਂ 'ਚ ਭੇਜ, ਜੇਲ੍ਹਾਂ 'ਚ ਪਾ ਦਿੰਦੇ ਨੇ। ਉਹ ਫਿਰ ਸੋਚਦੇ ਆ ਵੀ ਇਹ ਸਾਡੇ ਨਾਲ ਦੁਸ਼ਮਣੀ ਕੀਤੀ ਆ, ਉਹ ਫਿਰ ਬਾਹਰ ਫੋਨ ਕਰਦੇ ਆ ਜਾਂ ਜਿੱਦਾਂ ਵੀ ਉਹ ਸਿਸਟਮ ਹੁੰਦਾ ਵੀ ਆਪਾਂ ਆਹ ਕੰਮ ਕਰਨਾ ਫਲਾਣੇ ਨੂੰ ਕਰਨਾ ਜਾਂ ਡਾਕਾ ਮਾਰਨ ਜਾਂ ਲੁੱਟ ਖੋ ਕਰਨੀ ਹੈ, ਸਾਰੀ ਦੇਣੀ ਸ਼ੁਰੂਆਤ ਹੋਈ ਸਾਡੇ ਤੋਂ। ਜੇ ਅਸੀਂ ਜੇ ਪਿੰਡਾਂ ਦੇ ਲੋਕ ਇੱਕ ਅਸੀਂ MLA ਲਾ ਲਓ ਜਾਂ ਕੋਈ MP ਦੀ ਇਲੈਕਸ਼ਨ ਲਾ ਲਓ ਜਾਂ ਸਰਪੰਚੀ ਦੀ ਲਾ ਲਓ, ਜਦੋਂ ਆਪਾਂ ਵੋਟ ਦੇ ਪੈਸੇ ਲੈ ਲੈ ਜੀ ਜਾਂ ਆਪਾਂ ਸ਼ਰਾਬ ਪੀ ਲਈ ਨਸ਼ਾ ਲੈ ਲਿਆ, ਆਪਣੇ ਕੋਲ ਅਧਿਕਾਰ ਹੀ ਨਹੀਂ ਕੋਈ ਕਹਿਣ ਦਾ ਸਾਡਾ ਵੀ ਆਹ ਹੱਕ ਆ ਜਦੋਂ ਆਪਾਂ ਵੇਖੀਏ। ਜੇ ਅਸੀਂ ਵੋਟ 'ਤੇ, ਇਹ ਜਿਹੜੀ ਡੈਮੋਕ੍ਰੇਸੀ ਕਹਿੰਦੇ ਜਾਂ ਲੋਕਤੰਤਰ ਕਹਿੰਦੇ, ਇੱਥੇ ਲੋਕਤੰਤਰ ਹੈ ਹੀ ਨਹੀਂ, ਇੱਥੇ ਸਾਰਾ ਪਿੰਡ ਇੱਕ ਬੰਦੇ ਵੋਟਾਂ ਪਾਉਂਦਾ, ਲੋਕਤੰਤਰ ਬਾਹਰ ਆ, ਇੱਕ ਪਰਿਵਾਰ ਦੇ 4 ਜੀ ਆ, ਕੁੜੀ ਕਿੱਥੇ ਨੂੰ ਵੋਟ ਪਾਉਂਦੀ, ਜਿੱਥੇ ਉਹਦੀ ਖੁਸ਼ੀ ਆ, ਮੁੰਡਾ ਕਿਸੇ ਨੂੰ, ਮਾਂ ਕਿਸੇ ਨੂੰ, ਪਿਓ ਕਿਸੇ ਨੂੰ, ਜਿੱਥੇ ਉਹਨਾਂ ਦੀ ਸੋਚ ਆ ਵੀ ਆਹ ਬੰਦਾ ਮੇਰੇ ਕੋਲ। ਇੱਥੇ ਤਾਂ ਇਹ ਚੀਜ਼ ਦੇਖੀ ਨਹੀਂ ਜਾਂਦੀ ਵੀ ਇਹ ਬੰਦਾ ਸਫਲ ਆ, ਸਹੀ ਆ, ਸਿਆਣਾ ਆ, ਇਮਾਨਦਾਰ ਆ, ਲੀਡਰ ਆ, ਨਾ ਇੱਥੇ ਦੇਖਿਆ ਜਦੋਂ ਇਸ ਪਾਰਟੀ ਨਾਲ ਮੈਂ ਜੁੜਿਆ। ਤਾਂ ਫਿਰ ਪਾਲ ਜੀ, ਇਸ ਹਿਸਾਬ ਦੇ ਨਾਲ ਤਾਂ ਜੋ ਲੋਕਾਂ ਦੀ ਸੋਚ ਹੈਗੀ ਹੈ ਕਿ ਇਸ ਗੰਦ 'ਚੋਂ ਬਾਹਰ ਹੀ ਨਿਕਲ ਕੇ ਅਸੀਂ ਚੱਲ ਜਾਈਏ, ਵਿਦੇਸ਼ਾਂ 'ਚ ਸੈਟਲ ਹੋ ਜਾਈਏ, ਫਿਰ ਤਾਂ ਉਹਨਾਂ ਦੀ ਸੋਚ ਕਿਤੇ ਗਲਤ ਨਹੀਂ, ਬਿਲਕੁਲ ਨਹੀਂ ਜੀ। ਜੇ ਗੰਦ ਅਸੀਂ ਪਾਇਆ, ਸਾਨੂੰ ਸਾਫ ਕਰਨਾ ਪਊ, ਬਿਲਕੁਲ ਸਭ ਤੋਂ ਪਹਿਲਾਂ ਲੋਕਾਂ ਨੂੰ ਸੁਚੇਤ ਹੋਣਾ ਪਊ ਵੀ ਇਹ ਜਿਹੜਾ ਆਉਣ ਵਾਲਾ ਭਵਿੱਖ ਵਾ ਪੰਜਾਬ ਦਾ, ਵੱਕ ਹੈ, ਤੁਹਾਡੀ ਗੱਲ ਸਹੀ, ਬੰਜਰ ਜ਼ਮੀਨ ਬਣ ਤੇ ਹੋਈ ਚੱਲੀ ਆ ਜੀ, ਥੋੜ੍ਹੇ ਸਾਲਾਂ 'ਚ ਹੋ ਜਾਊਗੀ ਜੋ ਹਾਲਾਤ ਨੇ। ਜਿੱਦਾਂ ਇਸ ਵਾਰੀ ਮੀਂਹ ਘੱਟ ਪਿਆ, ਹਰ ਸਾਲ 5-7 ਫੁੱਟ ਪਾਣੀ ਥੱਲੇ ਚਲੇ ਜਾਂਦਾ, ਵਿਗਿਆਨੀ ਦੱਸਦੇ 450-450 ਫੁੱਟ ਤੋਂ ਥੱਲੇ ਅਗਨੀ ਆ, ਪਾਣੀ ਨਹੀਂ ਗਾ ਜੀ, ਅਤੇ ਪੰਜਾਬ ਦੀਆਂ ਨਹਿਰਾਂ ਦਾ ਸਾਰਾ ਪਾਣੀ ਰਾਜਸਥਾਨ ਨੇ ਇਹਨਾਂ ਨੇ ਵੇਚਤਾ, ਜ਼ਿਆਦਾ ਜਲੰਧਰ, ਹੁਸ਼ਿਆਰਪੁਰ ਅਤੇ ਆ ਦੂਸਰਾ ਕਪੂਰਥਲਾ ਜ਼ਿਲ੍ਹੇ 'ਚ ਨਹਿਰਾਂ ਹੀ ਨਹੀਂ, ਜੇ ਮਾੜੀਆਂ ਮੋਟੀਆਂ ਨਹਿਰਾਂ ਮਾਲ ਵਿੱਚ, ਇਹਨਾਂ ਨੂੰ ਇਹਨਾਂ ਪਾਣੀ ਪੀਣ ਨੂੰ ਤਰਸਣਾ, ਜਿਹੜੀ ਪੰਜਾਬ ਨੂੰ ਪਹਿਲੀ ਗੱਲ ਤਾਂ 5 ਦਰਿਆ ਹੀ ਨਹੀਂ, ਦਰਿਆ ਤਾਂ 2.5 ਆ, 2.5 ਅਤੇ 2.5 ਦਰਿਆ ਉੱਧਰ ਅਸੀਂ ਐਵੇਂ 5 ਕਹਿ ਦਿੰਦੇ, ਉਹ 2.5 ਦਰਿਆਵਾਂ ਦਾ ਵੀ ਪਾਣੀ ਜਿਹੜਾ ਪੂਰਾ ਨਹੀਂ, ਉਹ ਵੀ ਜਾਂਦਾ ਸਾਰਾ ਰਾਜਸਥਾਨ ਚਲੇ ਜਾਂਦਾ ਜਾਂ ਹਰਿਆਣੇ ਕੱਢਣ ਫਿਰਦੇ ਆ। ਸਾਡੀ ਜਿਹਨੂੰ 5 ਪਾਣੀਆਂ ਦੀ, 5 ਦਰਿਆਵਾਂ ਦੀ ਧਰਤੀ ਕਹਿੰਦੇ, ਪਾਕ ਪਵਿੱਤਰ ਪਾਣੀ ਕਹਿੰਦੇ, ਇਹ ਤਾਂ ਪਾਣੀ ਨੂੰ ਪੀਣ ਨੂੰ ਤਰਸਣ ਕੇ ਲੋਕ, ਇਹ ਵੀ ਸਾਡੀ, ਉਹ ਦਰਿਆ, ਉਹ ਨਦੀਆਂ, ਉਹ ਸਭ ਕੁਛ ਤਾਂ ਇਹਨਾਂ ਨੇ ਪਹਿਲਾਂ ਹੀ ਜ਼ਹਿਰੀਲਾ ਕਰ ਦਿੱਤਾ ਹੈ। ਜੱਗ ਜ਼ਾਹਿਰ ਹੈ, ਪਿੱਛੇ ਜੇ ਚਾਹੇ ਸਤਲੁਜ ਦੀ ਗੱਲ ਕਰੀਏ, ਬਿਆਸ ਦੀ ਗੱਲ ਕਰੀਏ, ਇੰਨਾ ਕੀ ਜ਼ਹਿਰੀਲਾ ਕੈਮੀਕਲ ਵਿੱਚ ਪਾ ਦਿੱਤਾ ਗਿਆ, ਮਿਲਾ ਦਿੱਤਾ ਗਿਆ ਕਿ ਕੈਂਸਰ ਅੱਗੇ ਤੱਕ ਫੈਲ ਗਿਆ। ਬਾਕੀ ਲੁਧਿਆਣੇ ਦੇ ਬੁੱਢੇ ਨਾਲੇ ਦਾ ਤੁਹਾਨੂੰ ਪਤਾ ਹੀ ਹੈ, ਕਦੀ ਉਹ ਸਾਫ਼ ਵਗਦਾ ਪਾਣੀ ਦਰਿਆ ਹੁੰਦਾ ਸੀ, ਉਹਨੂੰ ਬੁੱਢਾ ਦਰਿਆ ਕਿਹਾ ਜਾਂਦਾ ਸੀ। ਨੀਲਾ ਪਾਣੀ ਸਾਨੂੰ ਦੇਖਦਾ ਹੁੰਦਾ ਸੀ, ਵੇਈ ਦੇੜੀ ਜਿਹੜੀ ਚਿੱਟੀ ਵੇਈ ਕਹਿੰਦੇ ਨਾ ਜਲੰਧਰ ਤੋਂ, ਉਹ ਕੈਮੀਕਲ ਆਇਆ ਕਿੱਥੋਂ ਜੀ? ਉਹ ਇਹ ਹੁਣ ਜੱਟਾਂ ਨੂੰ, ਕਿਸਾਨਾਂ ਨੂੰ ਰੌਲਾ ਪਾਉਂਦੇ ਆ, ਕਿਸਾਨੀ ਨੂੰ ਰੌਲਾ ਪਾਉਂਦੇ ਆ ਵੀ ਇਹ ਕਿਸਾਨ ਪਰਾਲੀ ਸਾੜ ਨਾ ਸਾੜ ਜਾ ਕਰਨ, ਇਹਦੀ ਸੋਚਦੇ ਵੀ ਉਹ ਪਾਣੀ ਜਿਹੜਾ ਕੈਮੀਕਲ ਕਿੱਥੋਂ, ਕਿਹੜੀਆਂ ਫੈਕਟਰੀਆਂ 'ਚ ਆਉਂਦਾ, ਫੈਕਟਰੀਆਂ ਨੇ ਲਾਈਆਂ, ਸਰਕਾਰ ਪਰਮਿਸ਼ਨ ਦਿੰਦੀ ਫੈਕਟਰੀ ਲੱਗਦੀ, ਫੈਕਟਰੀ ਲੱਗਣ ਤੋਂ ਪਹਿਲਾਂ ਇਹਨਾਂ ਨੇ ਪ੍ਰਬੰਧ ਕਿਉਂ ਨਹੀਂ ਕੀਤਾ ਵੀ ਇਹ ਪਾਣੀ ਕਿੱਦਾਂ ਇਹਦੀ ਇਹ ਟ੍ਰੀਟ ਕਰਨਾ ਵਾ, ਕਿੱਦਾਂ ਪਾਣੀ ਨੂੰ ਸਾਫ਼ ਕਰਨਾ, ਕਿੱਦਾਂ ਭੇਜਣਾ, ਸਾਰਾ ਪਾਣੀ ਪੈਂਦਾ, ਕੋਈ ਨਹੀਂ ਰੋਕ ਰਿਹਾ। ਸੰਤ ਸੀਚੀ ਵਾਲੀ ਰੋਲ ਪਾਉਂਦੇ ਆ, ਹੋਰ ਬਹੁਤ ਪਾਉਂਦੀਆਂ ਸੰਸਥਾਵਾਂ, ਕਿਸੇ ਦੀ ਪੇਸ਼ ਨਹੀਂ ਜਾਂਦੀ। ਉੱਧਰ ਨੂੰ ਇਹ ਤੁਰਦੀ ਨਹੀਂ ਸਰਕਾਰ, ਕਿਉਂਕਿ ਇਹ ਉਹਨਾਂ ਕੋਲ ਪੈਸੇ ਲੈਂਦੇ ਨੇ, ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਉਹ ਜਿਹੜੀਆਂ ਹੈਗੀਆਂ ਇੰਡਸਟਰੀਅਲ ਬੰਦੇ ਨੇ ਉਹ ਇਹਨਾਂ ਨੂੰ ਫੰਡ ਦਿੰਦੇ ਨੇ, ਤਕੜੇ ਮੋਟੇ ਕੈਸ਼ ਦਿੰਦੇ ਨੇ, ਉਹਨਾਂ ਦੇ ਸਿਰ 'ਤੇ ਇਲੈਕਸ਼ਨਾਂ ਲੜਦੇ ਨੇ, ਉਹਨਾਂ ਨੂੰ ਰੋਕ ਨਹੀਂ ਸਕਦੇ। ਬਿਲਕੁਲ ਬਿਲਕੁਲ। ਅਤੇ ਹੁਣ ਪਾਲ ਜੀ, ਬਹੁਤ ਤੁਹਾਡੇ ਜ਼ਿੰਦਗੀ ਦਾ ਜਿੰਨਾ ਸਫ਼ਰ ਤੁਹਾਡਾ ਸੀਗਾ, ਤੁਸੀਂ ਜੋ ਕੁਝ ਦੇਖਿਆ ਪੰਜਾਬ, ਪੰਜਾਬੀ, ਪੰਜਾਬੀਅਤ ਬਾਰੇ ਤੁਸੀਂ ਜੋ ਕੁਝ ਕਰ ਰਹੇ ਹੋ, ਜੱਗ ਜ਼ਾਹਿਰ ਹੈ, ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੀ ਕੋਈ ਅਜਿਹੀ ਘਟਨਾ ਵਾਪਰੀ ਜਿਹੜੀ ਤੁਹਾਨੂੰ ਕਦੀ ਜ਼ਿੰਦਗੀ 'ਚ ਨਾ ਭੁੱਲੀ ਹੋਈ, ਹਮੇਸ਼ਾ ਰਹਿ ਰਹਿ ਕੇ ਯਾਦ ਆਉਂਦੀ ਹੋਵੇ? ਮੈਨੂੰ ਤਾਂ ਰਹਿ ਰਹਿ ਕੇ ਯਾਦ ਉਹ 84 ਦਾ ਅਟੈਕ ਹੀ ਆਉਂਦਾ ਜੀ, ਜੋ ਇਹਨਾਂ ਨੇ ਦਰਬਾਰ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਸਾਡੇ ਇਸ ਮੁਲਕ ਦੀ ਫੌਜ ਨੇ ਛਲਣੀ ਕਰਤਾ, ਜਾਂ ਦੁੱਧ ਚੌਂਕਦੇ 15-15 ਦਿਨ ਦੇ ਬੱਚਿਆਂ ਨੂੰ ਇਹਨਾਂ ਨੇ ਬਖਸ਼ਿਆ ਨਹੀਂ, ਉਹ ਸਹੀ ਨਹੀਂ ਜਾਂਦਾ ਜੀ।
बहुत बहुत धन्यवाद जी। मैं तो यही कहना चाहवागा भी सच ते हक दी गल करो, हक सच दी खातर लड़ो, ते परमात्मा काल पुरख दे उत्ते विश्वास रखो, ते साहिब श्री गुरु ग्रंथ साहिब महाराज दी पवित्र गुरबाणी दे विच विश्वास रखिए। सानू हर खुशी खेड़ा मिल सकता, फिर असी किसी नूं दोष नहीं देवांगे, क्योंकि असी दोष लोकां नूं दिंदे आ। मैं दोष अपने आप नूं दिंदा वां कि साडा ही कसूर आ, किसी का कसूर नहीं। दद्दा दोष ना देउ किसै, दोष करमा अपने आ, जो मैं किया सो मैं पाया, दोष ना दीजे अवर जना। फिर अंदरों एक आवाज़ आऊगी, जिथे जाए बहीए भला कहीए, झोल अमृत पीजे, गुणा का होवे वासरा कट वासरे। तो असी दोष नहीं देंगे किसी नूं, असी हुण फलाने जथेदारां नूं फलाने दोष दिंदे आ, दोष साडा खुद अपना, असी सारा कुछ किया। जो लोग असी सचेत हो गए, असी गुरु ग्रंथ साहिब महाराज के सिद्धांत नूं मनना शुरू करता, गुरबाणी पढ़ना कुछ नहीं पैंदा जी फर्क, गुरबाणी पढ़ के ਉਹਨੂੰ ਸੁਣ ਕੇ ਸਮਝ ਕੇ ਜਿੰਨਾ ਚਿਰ ਉਸ ਅਨੁਸਾਰ ਜੀਵਨ ਨਹੀਂ ਢਾਲਿਆ ਉਹਨਾਂ ਚਿਰ ਤਬਦੀਲੀ ਦੀ ਸਾਡੇ ਨਾ ਤਬਦੀਲੀ ਆਉਣ ਦਾ ਕਾਰਨ ਕੀ ਹੈ? ਅਸੀਂ ਰੱਟੇ ਲਾਈ ਜਾਂਦੇ ਹਾਂ ਗੁਰਬਾਣੀ ਦਾ। ਬੰਦਾ ਮਨੁੱਖ ਕਹਿੰਦਾ ਮੈਂ ਰਾਜਨੀਤਿਕ ਲੀਡਰ ਬਣਨਾ, ਪਾਤਸ਼ਾਹ ਕਹਿੰਦੇ ਪਾਉਣਾ, ਫਿਰ ਸਵਾਲ ਹੁੰਦਾ ਕਿੱਦਾਂ ਦਾ? ਤਖ਼ਤ ਬਹਿ ਤਖ਼ਤ 'ਤੇ ਕੀ ਲਾਇਕ, ਤਖ਼ਤ ਰਾਜਾ ਸੋ ਬਹਿ ਜੋ ਤਖ਼ਤ 'ਤੇ ਲਾਇਕ ਹੋਈ, ਜਿਹਨੇ ਸੱਚ ਪਛਾਣਿਆ ਸੱਚ ਰਾਜ ਸੀ। ਮਨੁੱਖ ਕਹਿੰਦਾ ਸ਼ਰਾਬ ਬਾਰੇ ਕੀ ਲਿਖਿਆ? ਗੁਰਬਾਣੀ ਕਹਿੰਦੀ ਦੁਰਮਤ ਮਤ ਜੋ ਪੀਣ ਦੇ, ਵਿਕਲੀ ਪਤ ਕਮਰੀ, ਰਾਮ ਰਸੈਨ ਜੋਰ 'ਤੇ, ਨਾਨਕ ਸੱਚ ਅਮਰੀ। ਕੋਈ ਇਹੋ ਜਿਹਾ ਉੱਤਰ ਨਹੀਂ ਜਿਹੜਾ ਨਾ ਹੋਵੇ, ਕੁਐਸਚਨ ਨਹੀਂ ਕੋਈ ਜਿਹਦਾ ਉੱਤਰ ਜਵਾਬ ਨਾ ਹੋਵੇ। ਜੇ ਇਹਨੂੰ ਪੜ੍ਹੀਏ ਸਮਝੀਏ, ਆ ਸਾਡਾ ਪੰਜਾਬ ਜਿਹੜਾ ਵਾ ਇਹ ਦੁਨੀਆ 'ਤੇ ਕਿਸ ਦੁਨੀਆ ਦੇਖਣ ਆਊਗੀ ਇਸ ਮੁਲਕ ਨੂੰ। ਜੇ ਉਸ ਸਮੇਂ ਲਿਤਿਓਰਾ ਅਰਗੇ ਫਰਾਂਸ ਦੇ ਜਾਂ ਇਟਾਲੀਅਨ ਜਰਨੈਲ ਫੌਜ ਗੋਰੇ ਇਹ ਚੜ੍ਹ ਕੇ ਨੌਕਰੀ ਕਰਨ ਆ ਸਕਦੇ ਆ, ਬਿਲਕੁਲ ਹੁਣ ਵੀ ਆ ਸਕਦੇ ਆ। ਜੇ ਉਹ ਲੋਕ ਹੁਣ ਵੀ ਇਹਨੂੰ ਆਣਗੇ, ਜੇ ਸਾਡੀਆਂ ਹਕੂਮਤਾਂ ਚਾਹਣ, ਜੇ ਸਾਡੇ ਦੀਆਂ ਸਰਕਾਰਾਂ ਚਾਹਣ, ਜੇ ਉਹਨਾਂ ਦੀ ਨੀਅਤ ਸਾਫ਼ ਹੋਵੇ, ਖਰੀ ਹੋਵੇ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਸੋ ਦਰਸ਼ਕੋ, ਸਮਾਂ ਹੋ ਗਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣਾ ਚਾਹੁੰਦਾ ਹੋਇਆ। ਮੈਂ ਇੱਕ ਹੀ ਗੱਲ ਕਹਾਂਗਾ ਕਿ ਪਾਲ ਸਿੰਘ ਜੀ ਨੇ ਵੀ ਬਹੁਤ ਵਧੀਆ ਗੱਲ ਕਹੀ ਕਿ ਅੱਜ ਵੀ ਉਹ ਸਮਾਂ ਵਾਪਸ ਆ ਸਕਦਾ ਹੈ, ਸਿਰਫ ਸਾਨੂੰ ਆਪਣੇ ਸਿਧਾਂਤ ਥੋੜ੍ਹੇ ਜਿਹੇ ਕਠੋਰ ਕਰਨੇ ਪੈਣਗੇ। ਸਾਡੇ ਜੋ ਪਹਿਲਾਂ ਸਿਧਾਂਤ ਸੀ, ਜੋ ਸਾਡੇ ਪ੍ਰਿੰਸੀਪਲ ਸੀਗੇ, ਜੋ ਮਾਤਾ ਪਿਤਾ ਤੋਂ ਸਾਨੂੰ ਅੱਗੇ ਗੁਣ ਦਿੱਤੇ ਜਾਂਦੇ ਸੀ, ਜਾਂ ਕਹਿ ਸਕਦੇ ਕਿ ਵਿਰਸਾ ਜੋ ਸਾਨੂੰ ਮਾਪੇ ਸਾਡੇ ਦੇ ਕੇ ਜਾਂਦੇ ਸੀ, ਉਹ ਭਾਈਚਾਰਕ ਸਾਂਝ ਸਾਨੂੰ ਇੱਕ ਵਾਰ ਫਿਰ ਤੋਂ ਬਣਾਉਣੀ ਪੈਣੀ ਹੈ। ਕਿਉਂਕਿ ਅੱਜ ਕੱਲ੍ਹ ਤਾਂ ਇੱਕ ਪਰਿਵਾਰ ਦੇ ਵਿੱਚ ਹੀ ਭਾਈਚਾਰਕ ਸਾਂਝ ਨਹੀਂ ਹੈ, ਜੇ ਪਰਿਵਾਰ ਦੇ ਵਿੱਚ ਦੋ ਜਾਂ ਤਿੰਨ ਭੈਣ ਭਰਾ ਵੀ ਹੈ ਨੇ ਤਾਂ ਉਹਨਾਂ ਦੇ ਵੀ ਮੂੰਹ ਇੱਕ ਦੂਜੇ ਤੋਂ ਵੱਖਰੇ ਹੁੰਦੇ ਨੇ, ਅਲੱਗ ਅਲੱਗ ਅਸੀਂ ਥਾਵਾਂ 'ਤੇ ਸ਼ਿਫਟ ਹੋ ਗਏ ਹਾਂ। ਤੁਸੀਂ ਆਪ ਸੋਚ ਸਕਦੇ ਹੋ ਕਿ ਇੱਕ ਪਰਿਵਾਰ ਦੇ ਵਿੱਚ ਪਹਿਲਾਂ ਕਿੰਨੀਆਂ ਵੱਡੀਆਂ ਵੱਡੀਆਂ ਜੁਆਇੰਟ ਫੈਮਿਲੀਜ਼ ਰਹਿੰਦੀਆਂ ਸੀਗੀਆਂ, ਉਹ ਟੁੱਟੀਆਂ ਪਹਿਲਾਂ, ਘਰ ਟੁੱਟੇ, ਉਸ ਤੋਂ ਬਾਅਦ ਸਿਆਸਤ ਨੇ ਆਪਣੀਆਂ ਸਿਆਸੀ ਚਾਲਾਂ ਚੱਲੀਆਂ, ਉਹਨਾਂ ਨੇ ਘਰਾਂ ਤੋਂ ਬਾਅਦ ਪਿੰਡ ਤੋੜੇ, ਪਿੰਡ ਟੁੱਟ ਕੇ ਕਸਬੇ ਛੋਟੇ ਛੋਟੇ ਬਣੇ, ਉਸ ਤੋਂ ਬਾਅਦ ਸ਼ਹਿਰ ਵਸਣੇ ਸ਼ੁਰੂ ਹੋਏ, ਪਿੰਡਾਂ ਤੋਂ ਨਿਕਲ ਕੇ ਲੋਕ ਸ਼ਹਿਰਾਂ ਵੱਲ ਆਉਣੇ ਸ਼ੁਰੂ ਹੋਏ, ਸ਼ਹਿਰਾਂ ਦੇ ਵਿੱਚ ਕਲੋਨੀਆਂ ਵਧੀਆਂ, ਘਰ ਵਧੇ, ਮਕਾਨ ਵਧੇ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਬਹੁਤ ਕੁਛ ਬਣਾ ਲਿਆ, ਅਸੀਂ ਬੜੇ ਵਧੀਆ ਸੈਟਲਡ ਹੋ ਗਏ ਜੀ, ਸਾਡੀ ਕੋਠੀ ਇੱਥੇ ਹੈ, ਸਾਡੀ ਉੱਥੇ ਹੈ, ਸਾਡਾ ਮਕਾਨ ਉੱਥੇ ਹੈ, ਪਰ ਉਹ ਘਰ ਨਹੀਂ ਹੈ, ਉਹ ਮਕਾਨ ਹੀ ਹੈ ਜਿੱਥੇ ਸਿਰਫ ਇਕੱਲੇ ਮਾਂ ਪੇ ਰਹਿੰਦੇ ਹੋਣ, ਉਹ ਮਕਾਨ ਹੈ। ਜਿੱਥੇ ਇਕੱਲਾ ਪੁੱਤ ਜਾਂ ਨੂੰਹ ਰਹਿੰਦੀ ਹੋਵੇ ਬੱਚਿਆਂ ਦੇ ਨਾਲ, ਉਹ ਹੀ ਮਕਾਨ ਹੈ। ਘਰ ਅਸੀਂ ਉਹਨੂੰ ਕਹਾਂਗੇ ਜਿੱਥੇ ਸੱਸ ਸਹੁਰਾ ਵੀ ਨਾਲ ਹੋਣ, ਬੱਚੇ ਨਾਲ ਹੋਣ, ਉਹਨਾਂ ਦੇ ਪੋਤੇ ਪੜਪੋਤੇ ਨਾਲ ਹੋਣ। ਕਿਉਂਕਿ ਜਦੋਂ ਤੱਕ ਅਸੀਂ ਉਹ ਆਲਮ ਵਾਪਸ ਨਹੀਂ ਲੈ ਕੇ ਆਉਂਦੇ, ਪੰਜਾਬ ਹੱਸਦਾ ਖੇਡਦਾ ਨਹੀਂ ਹੋ ਸਕਦਾ। ਅੱਜ ਅਸੀਂ ਕਹਿੰਦੇ ਹਾਂ ਸਾਡੇ ਬੱਚਿਆਂ ਨੂੰ ਸੰਸਕਾਰ ਹੈ ਨਹੀਂ ਗੇ, ਬੱਚੇ ਸਾਹਮਣੇ ਉਹ ਮੂੰਹ ਫਾੜ ਕੇ ਜਵਾਬ ਦਿੰਦੇ ਨੇ, ਬੱਚੇ ਸਾਡੇ ਕਹਿਣੇ 'ਚ ਨਹੀਂ ਹੈਗੇ, ਨਸ਼ਿਆਂ 'ਚ ਪੈ ਗਏ ਨੇ, ਪੁੱਠੇ ਪਾਸੇ ਲੱਗ ਗਏ ਨੇ। ਕਿਉਂ ਲੱਗ ਗਏ? ਕਿਉਂਕਿ ਉਹ ਦਾਦੀਆਂ ਹੀ ਨਹੀਂ ਹੈਗੀਆਂ ਘਰਾਂ 'ਚ, ਉਹ ਨਾਨੀਆਂ ਹੀ ਨਹੀਂ ਹੈਗੀਆਂ ਜਿਹੜੀਆਂ ਬੱਚੇ ਨੂੰ ਕਹਾਣੀਆਂ ਸੁਣਾਉਂਦੀਆਂ ਸੀ, ਪਾਠ ਸੁਣਾ ਸੁਣਾ ਕੇ ਛਾਤੀਆਂ ਲਾ ਕੇ ਸੁਵਾਉਂਦੀਆਂ ਸੀ, ਜਿਹੜੇ ਬੱਚੇ ਨੂੰ ਕਹਿੰਦੇ ਸੀ ਪੁੱਤ ਨੇੜੇ ਬਹਿ ਕੇ ਮੂਲ ਮੰਤਰ ਦਾ ਜਾਪ ਕਰ ਲਾ ਜੇ ਕੁਛ ਡਰ ਲੱਗਦਾ ਹੈ। ਪਰ ਅੱਜ ਮਾਵਾਂ ਹੀ ਕਹਿੰਦੀਆਂ ਨੇ ਜੇ ਬੱਚੇ ਦਾ ਮਨ ਨਹੀਂ ਲੱਗਦਾ ਪੁੱਤ ਰਿਮੋਟ ਫੜ ਲਾ, ਟੀਵੀ ਦੇਖ ਲਾ, ਨਹੀਂ ਆਏ ਮਨ ਫਿਰ ਵੀ ਲੱਗ ਰਿਹਾ ਆ ਚੱਕ ਮੋਬਾਈਲ ਗੇਮ ਨੂੰ ਲੱਗ ਜਾ। ਅਗਰ ਅਸੀਂ ਆਪ ਬੱਚਿਆਂ ਨੂੰ ਗਲਤ ਚੀਜ਼ ਜ਼ਹਿਰ ਹੱਥ 'ਚ ਫੜਾਵਾਂਗੇ ਤਾਂ ਉਹ ਸਲੋ ਪੋਇਜ਼ਨ ਇੱਕ ਨਾ ਇੱਕ ਦਿਨ ਸਾਡਾ ਆਪਣਾ ਆਪ ਖਰਾਬ ਕਰੂਗੀ, ਜੋ ਅੱਜ ਹੋ ਰਿਹਾ। ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ, ਪੂਰਾ ਪ੍ਰੋਗਰਾਮ ਤੁਸੀਂ ਵੇਖਿਆ, ਜਿਹੜੀਆਂ ਗੱਲਾਂ ਦੇ ਉੱਤੇ ਚਰਚਾ ਕੀਤੀ ਗਈ ਹੈ, ਜਿਹਨਾਂ ਚੀਜ਼ਾਂ ਵੱਲ ਧਿਆਨ ਦੇਣ ਨੂੰ ਕਿਹਾ ਗਿਆ ਹੈ, ਉਹਨਾਂ ਵੱਲ ਜ਼ਰੂਰ ਧਿਆਨ ਦਿਓ। ਅਤੇ ਬਾਕੀ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਜਿਹੜੇ ਵੀ ਤੁਸੀਂ ਅਹੁਦੇ ਦੇ ਉੱਤੇ ਹੋ, ਚਾਹੇ ਕੋਈ ਪ੍ਰਾਈਵੇਟ ਇੰਪਲੋਈ ਹੋ, ਤੁਸੀਂ ਗਵਰਨਮੈਂਟ ਇੰਪਲੋਈ ਹੋ, ਕਿਸੇ ਧਾਰਮਿਕ ਸੰਸਥਾ ਦੇ ਆਗੂ ਹੋ, ਜਿਸ ਵੀ ਅਹੁਦੇ 'ਤੇ ਹੋ, ਪੂਰੀ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਆਪਣੀ ਫਰਜ਼ ਨਿਭਾਓ। ਕਦੇ ਵੀ ਕਿਸੇ ਦਾ ਹੱਥ ਠੋਕਾ ਬਣ ਕੇ ਨਾ ਚੱਲੋ, ਕਿਸੇ ਦੇ ਤਲਵੇ ਨਾ ਚੱਟੋ,
कौम की चढ़ती कला वास्ते काम करो, सरबत के भले वास्ते काम करो, वड्डियां नू इज्जत दो, छोटियां नू प्यार दो, वेखो जिंदगी अपने आप तुहाड़ी किन्नी सुखेड़ी लगेगी। इसे दे नाल मेरे तो कुछ वध घट बोलिया गया होवे हाथ बन के माफ़ी है जी। अपने होस्ट दोस्त प्रीत सैनी हुंदे हो इजाजत, प्रोग्राम चंगा लग्या होवे लाइक ते शेयर जरूर करना। वाहेगुरु जी का खालसा, वाहेगुरु जी की फतेह। सिख धर्म की हर गतिविधि अते गुरबाणी वास्ते हुने सब्सक्राइब करो गुरबाणी अखंड बाणी, अते नोटिफिकेशन वास्ते बैल नूं रिंग करो।